ਢੰਗੂ ਵਾਲਾ ਮੇਲਾ ਵਾਰ ਵਾਰ ਯਾਦ ਆਉਂਦਾ, ਹੋਰ ਕੋਈ ਮੇਲਾ ਯਾਦ ਆਵੇ ਨਾ ਆਵੇ, ਢੰਗੂ ਵਾਲਾ ਤੇ ਇੱਕ ਬਾਲ ਜਿਹੜੀ ਆਊਟ ਹੈ, ਬਾਲ ਕਹਿੰਦੇ ਧੱਤੂ ਆਊਟ ਮਾਰ ਗਿਆ ਹੈ ਨੰਦਗੜ੍ਹ ਦੀ ਧਰਤੀ ਦੇ ਮੇਰੇ ਵੀਰੇ ਖੇਡ ਦੇ ਮੈਦਾਨ ਦੇ ਵਿੱਚ। ਆਹ ਗੱਲਾਂ ਬਾਤਾਂ ਕਹਿੰਦੇ ਟਿਕਾਣੇ ਲੱਗੀਆਂ ਹੈ, ਮੈਚ ਕਹਿੰਦੇ ਸਿਰੇ ਰਿਹਾ। ਆਹ ਮੇਰੇ ਵੀਰੇ ਚੋਟੀ ਦੇ ਮੈਚ ਜਿਹੜੇ ਖੇਡੇ ਜਾ ਰਹੇ ਹੈ, ਗੁਰਸਿੱਖੀ ਦੀ ਧਰਤੀ ਹੈ ਤੇ ਸੈਮੀ ਫਾਈਨਲ ਮੈਚਾਂ ਦੀ ਸ਼ੁਰੂਆਤ ਹੋ ਗਈ ਹੈ। ਵਾਕਈ ਐਨ ਕਹਿੰਦੇ ਸੈਮੀ ਦੀ ਸ਼ੁਰੂਆਤ ਜਿਹੜੀ ਹੋ ਗਈ ਹੈ। ਉਧਰ ਕਹਿੰਦੇ ਦੋ ਨੰਬਰ ਗਰਾਊਂਡ ਦੇ ਅੰਦਰ ਵੀ ਔਰ ਰਵੀ ਬਹਾਦਰ ਗੱਡੀ ਆ ਗਿਆ, ਕਹਿੰਦੇ ਫੋਰਸ ਕਿੰਗ ਆ ਗਿਆ। ਸਾਹਮਣੇ ਕਹਿੰਦੇ ਨਵਾਬ ਖੇਡੇ ਆ, ਕਹਿੰਦੇ ਐਨ ਭਰਾਵਾਂ ਨੂੰ ਵੱਧ ਕੇ ਪਿਆਰ ਹੈ ਦੋਵੇਂ ਖਿਡਾਰੀਆਂ ਦਾ। ਕਹਿੰਦੇ ਫੱਟੇ ਚ ਕੱਢੇ ਕਿੱਲ ਵਰਗੀਆਂ ਯਾਰੀਆਂ, ਪਰ ਅੱਜ ਆਹਮਣੇ ਸਾਹਮਣੇ ਕਹਿੰਦੇ ਖੇਡਣਗੇ ਦੋਵੇਂ ਖਿਡਾਰੀ। ਕਹਿੰਦੇ ਲੈਵੀ ਮਣੀ ਵੀਰ ਸਾਡਾ ਯੂਕੇ ਵਾਲਾ, ਕਹਿੰਦੇ ਹਰਿਆਣੇ ਵਾਲਾ ਵਿਸ਼ੇਸ਼ ਤੌਰ ਤੇ ਲਾਈਵ ਆ ਗਿਆ, ਕਹਿੰਦੇ ਅੱਜ ਕਰ ਰਹੇ ਹਨ ਵਸੇਰੇ ਜਿਹੜੇ ਆਹ ਕਹਿੰਦੇ ਯੂਕੇ ਦੀ ਧਰਤੀ ਤੇ। ਕਹਿੰਦੇ ਵੀਰ ਸਾਡਾ ਲਾਈਵ ਜੁੜ ਗਿਆ ਵਿਸ਼ੇਸ਼ ਤੌਰ ਤੇ, ਬਹੁਤ ਵੱਡੇ ਧੰਨਵਾਦ ਦੀਆਂ ਭਰਾ ਦੇ ਚੱਲੀਆਂ ਕਢਾਈਆਂ ਤੋਂ ਧੰਨਵਾਦ ਕਰਦੇ ਹਾਂ ਜਿੰਨੇ ਵੀ ਐਨ ਆਰ ਆਈ ਵੀਰ ਵਿਸ਼ੇਸ਼ ਤੌਰ ਤੇ ਜੁੜ ਗਏ ਹੈ। ਲਾਈਵ ਸਾਹਮਣੇ ਗੱਲਾਂ ਕਹਿੰਦੇ ਵੱਡੀਆਂ ਨੇ। ਆਰੀਅਨ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਮੇਰੇ ਵੀਰੇ, ਆਰੀਅਨ ਕਨੇਡਾ ਦਾ ਬਹੁਤ ਵੱਡਾ ਧੰਨਵਾਦ, ਨਾ ਬੀ ਐਸ ਏ ਬਹੁਤ ਬਹੁਤ ਧੰਨਵਾਦ ਐਨ ਆਰ ਵੀਰਾਂ ਦਾ। ਹਰ ਕਹਿੰਦੇ ਪਿੰਡ ਦੇ ਰੱਬ ਦੀਆਂ ਮੇਹਰਾਂ ਨੇ ਹਰ ਮਾਂ ਦਾ ਪੁੱਤ ਕਮਾਇਆ, ਬਹੁਤ ਵੱਡਾ ਧੰਨਵਾਦ ਸਾਰੇ ਵੀਰਾਂ ਦਾ ਜਿਹਨਾਂ ਨੂੰ ਵੱਡੇ ਵੱਡੇ ਸਹਿਯੋਗ ਦਿੱਤੇ। ਆਹ ਬੱਲੇ 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 ਮੁੰਡੇ ਯੂਪੀ ਵਾਲੇ ਵੇਲ ਲੱਗ ਰਹੇ ਬਈ ਵਾਲੀਆ, ਤੈਨੂੰ ਤਜਰਬਾ ਬਹੁਤ ਵੱਡਾ। ਧੱਕੂ ਕਹਿੰਦੇ ਨੰਦਗੜ੍ਹ ਦੀ ਧਰਤੀ ਦਾ ਵੀ ਅੰਬ ਅੰਬ ਤੇ ਕੇਲਾ ਕੇਲੇ ਹੀ ਹੁੰਦਾ, ਵੱਕਰਾ ਬੱਕਰਾ ਤੇ ਲੇਲਾ ਲੇਲਾ ਹੀ ਹੁੰਦਾ, ਬੱਸ ਬੱਸ ਦੇ ਠੇਲਾ ਠੇਲਾ ਹੀ ਹੁੰਦਾ, ਭੀੜ ਭੀੜ ਤੇ ਮੇਲਾ ਮੇਲਾ ਹੀ ਹੁੰਦਾ, ਟਿੰਡੇ ਟਿੰਡੇ ਤੇ ਕਰੇਲਾ ਕਰੇਲਾ ਹੀ ਹੁੰਦਾ, ਵੀ ਉਸਤਾਦ ਉਸਤਾਦ ਉਹ ਚੇਲਾ ਚੇਲਾ ਹੀ ਹੁੰਦਾ ਏ, ਉਸਤਾਦ ਉਸਤਾਦ ਤੇ ਚੇਲਾ ਚੇਲਾ ਹੀ ਹੁੰਦਾ। ਕਹਿੰਦੇ ਹੁੰਦੀਆਂ ਨੇ ਗੱਲਾਂ। ਇੱਧਰ ਆਓ ਜੀ, ਦੋ ਨੰਬਰ ਗਰਾਊਂਡ ਦੇ ਅੰਦਰ ਵੀ ਆਪਾਂ ਸੈਕਿੰਡ ਸੈਮੀ ਦੀ ਸ਼ੁਰੂਆਤ ਜਿਹੜੀ ਕਰਨਾ ਵੀ ਬਰਸੀਕਰੀ ਵਾਲੇ ਮੁੰਡੇ ਆ ਗਏ ਜੀ, ਮਰਦਾਰੀ ਦੀ ਟੀਮ ਦੇ ਰਹਿੰਦੇ ਫਰਾਰੀ ਆਏ ਜੀ, ਮਰਦਾਰੀ ਵਾਲੇ ਮੁੰਡੇ ਆਏ ਮੇਰਾ ਵੀਰ ਲੈ ਆਓ, ਕਿਹੜਾ ਮੁੰਡੇ ਹੋਣੀ ਜੱਟਦੇ ਪਿੰਡ ਦੇ ਮਰਦਾਰੀ ਵਾਲੇ ਦੇ ਵੀ ਚੰਦਰ ਆਦੋ ਮੇਰਾ ਵੀਰ। ਅੱਜ ਕੱਲ੍ਹ ਤੇ ਵੀ ਕਹਿੰਦਾ ਵੀ ਗੱਲਾਂ ਸ਼ਾਇਰੀਆਂ ਕਰਦਾ ਭਗਵੰਤ ਸਿੰਘ ਗੁੱਲੀ ਚੜ੍ਹਦੇ ਕਹਿੰਦੇ ਵਾਰਸੀ ਤੇ ਨੰਦਗੜ੍ਹ ਦਾ ਮੈਚ ਆ ਜੀ, ਨੰਦਗੜ੍ਹ ਜਾਊ ਲੈ ਲਈ ਗੁੱਲੀ ਉੱਤੇ ਫਾਈਨਲ ਖੇਡਦਾ, ਕਹਿੰਦਾ ਕੱਲ ਨੂੰ ਕਲਾਬ ਕਰਕੇ ਤੇਰਾ ਵੀਡੀਓ ਪਾ ਰਹੇ ਨੇ, ਕਰਦੇ ਵੱਡੇ ਹੈ ਆਹ ਗੱਲਾਂ ਕਿਤੇ ਹੋਰ ਗਏ ਮੇਰੇ ਵੀਰੋ। ਲੈ ਲਈ ਰਵੀ ਨੂੰ ਬੁਲਾ ਦਿਓ ਫਨੀ ਗੱਤ ਨੂੰ, ਜਦੋਂ ਆਇਆ ਸਮਾਨ ਇਲਾਕੇ ਤੇ ਲੈ ਲਈ ਰਵੀ ਜ਼ਰੂਰ ਮਿਲ ਕੇ ਆਈ ਸੋਹਣੇ ਵੀਰੋ। ਵਧੀਆ ਲੱਗੂ ਮੈਚ। ਲੈ ਲਈ ਰਵੀ ਬਹਾਦਰ ਗੜੀਆ ਕਹਿੰਦਾ ਆਉਣ ਵਾਲੇ ਧਰਮਗੜ੍ਹ ਦੇ ਟੂਰਨਾਮੈਂਟ ਤੇ ਵਰਿੰਦਰ ਚਾਗਲੀ ਵਾਲੇ ਦਾ ਬ੍ਰੈਂਡ ਟੀ ਸ਼ਰਟ ਦੇ ਨਾਲ ਵੱਡੇ ਮਾਨ ਸਨਮਾਨ ਕਰ ਦਿਆਂਗੇ। ਕਹਿੰਦੇ ਰਵੀ ਕਰੇਗਾ ਵਰਿੰਦਰ ਚਾਗਲੀ ਵਾਲੇ ਵੀਰ ਦਾ, ਕਹਿੰਦੇ ਵੱਡੇ ਮਾਨ ਸਨਮਾਨ ਕਰ ਦੇਣੇ ਭਰਾ ਸਾਡਾ ਕਹਿ ਰਿਹਾ, ਇੱਕ ਵੱਡੀ ਟੀ ਸ਼ਰਟ ਦੇ ਨਾਲ ਇੱਕ ਵੱਡੇ ਬ੍ਰੈਂਡ ਦੀ ਜਿਹੜੀ ਕਹਿੰਦੇ ਨੇੜੇ ਤੇੜੇ ਨਹੀਂ ਮਿਲਦੀ। ਮੈਂ ਵੀ ਉੱਪਰੋਂ ਕਹਿੰਦੇ ਬੜਾ ਆ ਰਹੀ ਆ ਗਿਆ ਯਾਰ, ਲੈ ਵੀ ਡਾਂਗ ਯਾਰ ਵੀ ਲਾਈ ਪਿਆ ਗਿਆ, ਕਹਿੰਦੇ ਡਾਂਗ ਸਿੱਧੂ ਕੌਕਿਆਂ ਦਾ ਉਹੀ ਭਰਾ ਸਾਡਾ, ਕਹਿੰਦੇ ਲਾਈ ਤੇ ਬੁਰਾ ਬੈਠਾ ਵਾਹ ਜੀ ਵਾਹ। ਅੱਜ ਕੱਲ੍ਹ ਹਰ ਇੱਕ ਮੇਲੇ ਦੇ ਵੀਰ ਕਹਿੰਦੇ ਵੀ ਸੁਖਲੱਬੀ ਦੀ ਟੀਮ ਨੂੰ ਆਪਾਂ
ਸਪਾਂਸਰ ਕਰਿਆ ਕਰਨਾ ਚਰਚੇ ਕਹਿੰਦੇ ਵੱਡੇ ਹੋਣਗੇ ਕਿੱਦਾਂ ਵੀ ਦਿੱਤੀਆਂ ਨੇ ਵੀਰ ਸਾਡੇ ਨੇ ਲਾਲੀ ਦੋ ਨੰਬਰ ਗਰਾਊਂਡ ਦਾ ਵੀ ਨਾਂ ਦੇਣਾ ਸ਼ੁਰੂ ਕਰ ਲਓ ਬਣਾਈ ਦੋ ਨੰਬਰ ਗਰਾਊਂਡ ਦਾ ਨਾਂ ਵੀ ਜਿਹੜਾ ਸ਼ੁਰੂ ਕਰ ਲਓ ਜੀ ਬੋਲਦੀ ਹੈ ਮੇਰੀ ਬਹੁਤ ਵਧੀਆ ਕਹਿੰਦੇ ਨਾਂ ਦੇਣਾ ਆਓ ਖੇਡੋ ਜਾਣਾ ਮੇਰੇ ਮਿੱਤਰੋ ਗੱਲਾਂ ਤੇ ਹੋਣ ਗਈਆਂ ਆਓ ਸਾਹਮਣੇ ਮੇਰੇ ਵੀਰੋ ਗੱਲ ਤੇ ਹੌਸਲੇ ਵੀ ਆ ਹੌਸਲੇ ਵੱਡੇ ਨੇ ਵੱਡਿਆਂ ਨੇ ਲਾਲੀ ਉੱਧਰ ਵੀ ਅੰਗਰੇਜ਼ ਹੋਣੀ ਆ ਗਏ ਤੇ ਗੱਲਾਂ ਕਹਿੰਦੇ ਹੋਣ ਗਈਆਂ ਬਾਹਰ ਕਹਿੰਦੇ ਬੜਾ ਟਾਪ ਨਾਲ ਖੇਡੇ ਜਾਵੇਗਾ ਹਾਂ ਮੇਰੇ ਵੀਰੇ ਬਰਸੀਕਰੀ ਸੇਤੀ ਉਹਨਾਂ ਦੇ ਨਾਲ ਬਾਟ ਜਿਹੜੀ ਰਵੀ ਦੀ ਟੱਕਰ ਕਹਿੰਦੇ ਹੋਣ ਲੱਗੀ ਆ ਨਵਾਬ ਦੇ ਨਾਲ ਮੇਰੇ ਵੀਰੋ ਪਹਿਲੇ ਵਿੱਕੀ ਸ਼ਾਸਤਰੀ ਮਿਲੇ ਜੀ ਇੱਧਰ ਆ ਕੇ ਲੈ ਵੀ ਇੱਕ ਨੰਬਰ ਗਰਾਊਂਡ ਦੇ ਕੀ ਨੰਬਰ ਹੋ ਗਏ ਸੁਣ ਵੀਰ ਨਹੀਂ ਨਹੀਂ ਬਾਈ ਬਹੁਤ ਬਹੁਤ ਸਪੋਰਟ ਆ ਬਾਈ ਨਗ ਛੋਟੀ ਜੀ ਨਾ ਬਹੁਤ ਸਪੋਰਟ ਆ ਵਾਲੀਬਾਲ ਤੁਹਾਡੇ ਵਰਗੇ ਪ੍ਰਮੋਟਰ ਭਰਾ ਨੇ ਜਿਹੜੇ ਬਾਹਰ ਬੈਠੇ ਹੈ ਨਾ ਵਾਲੀਬਾਲ ਨੂੰ ਨਹੀਂ ਭੁੱਲੇ ਇੱਧਰ ਜਾ ਕੇ ਵੀ ਬਹੁਤ ਵੱਡੀ ਦੇਣ ਆ ਵਾਲੀਬਾਲ ਨੂੰ ਤੁਹਾਡੀ ਵੀਰੇ ਯਾਰ ਮੇਰੇ ਵੀਰੇ ਖੇਡਦੇ ਮੈਦਾਨ ਦੇ ਵਿੱਚ ਬਾਲ ਖੋਰ ਲਾ ਗਿਆ ਨੰਬਰ ਕਹਿੰਦੇ ਚੌਥਾ ਵੀ ਜੋੜ ਗਿਆ ਮੁੰਡਾ ਆਪਣੀ ਟੀਮ ਲਈ ਹਾਏ ਨੰਬਰ ਕਹਿੰਦੇ ਚੌਥਾ ਜੋੜ ਗਿਆ ਮੁੰਡਾ ਨੰਦਗੜ੍ਹ ਦੀ ਟੀਮ ਲਈ ਹਾਏ ਮੇਰੇ ਵੀਰੇ ਸੰਗਰੂਰ ਜ਼ਿਲ੍ਹੇ ਦਾ ਪਿੰਡ ਆ ਤੇ ਗਾਂ ਕਹਿੰਦੇ ਪਟਿਆਲਾ ਸ਼ੁਰੂ ਹੋ ਜਾਂਦਾ ਚਰਚੇ ਕਹਿੰਦੇ ਵੱਡੇ ਹੁੰਦੇ ਨੇ ਨੰਬਰ ਦੇਣਾ ਤੇਰਾ ਸਨਮਾਨ ਬਾਈ ਨਾਗ ਕਹਿੰਦਾ ਜਿੱਥੇ ਕਹੇਗਾ 2100 ਨਾਲ ਕਰ ਦਾਂਗੇ ਬਾਜੀ ਬਹੁਤ ਵੱਡਾ ਮੈਂ ਧੰਨਵਾਦ ਕਰਦਾ ਨਾਗ ਸਿੱਧੂ ਸਾਡਾ ਵੀਰ ਤੇਰਾ ਏਡਾ ਮਾਣ ਕਰਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਹਰ ਇੱਕ ਜਿਹੜਾ ਵੀਰ ਕਹਿੰਦੇ ਪਿਆਰ ਕਰਦਾ ਖੇਡ ਵਾਲੀਬਾਲ ਨੂੰ ਤੇ ਨਾਗ ਕਹਿੰਦੇ ਇਕੱਲੇ ਇਕੱਲੇ ਇਨਸਾਨ ਦਾ ਸਨਮਾਨ ਕਰਦਾ ਤੇ ਨਾਗ ਕਹਿੰਦਾ ਵੀ ਆਉਣ ਵਾਲੇ ਕਿਸੇ ਵੀ ਟੂਰਨਾਮੈਂਟ ਦੇ ਨਾਲ ਬੋਲਾਂ ਦਾ ਸਨਮਾਨ ਆਪਾਂ 2100 ਦਾ ਕਰਨਾ ਨਾਗ ਸਿੱਧੂ ਕਹਿੰਦਾ ਵੀ ਸਾਡਾ ਉਹ ਕਹਿੰਦਾ ਵੀ ਆਉਣ ਵਾਲੇ ਕਿਸੇ ਵੀ ਮੇਲੇ ਦੇ ਇਹਨਾਂ ਬੋਲਾਂ ਦਾ ਮੈਂ 2100 ਦਾ ਕਰ ਦਾਂਗੇ ਨਾਗ ਸਿੱਧੂ ਸਾਡੇ ਵੀਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਤੇ ਲੈ ਵੀ ਮੇਰੇ ਖਿਆਲ ਦੇ ਨਾਲ ਨੱਥੇ ਵਾਲੀ ਪ੍ਰਧਾਨ ਦਾ ਸਨਮਾਨ ਲੈ ਵੀ ਪ੍ਰਧਾਨ ਆਉਣ ਵਾਲੇ ਟੂਰਨਾਮੈਂਟ ਦੇ ਕਾਗਜ਼ ਦੇ ਆਉਣ ਵਾਲੇ ਟੂਰਨਾਮੈਂਟ ਦੇ 21000 ਕੈਸ਼ ਦੇ ਨਾਲ ਕੀਤਾ ਜਾਵੇਗਾ ਨਾਗ ਸਿੱਧੂ ਕਹਿੰਦੇ ਕਾਗਜ਼ ਦਾ ਰਹਿੰਦਾ ਦਿੱਤਾ ਕਨੇਡਾ ਦੇ ਕਹਿੰਦੇ ਕੈਲਗਰੀ ਸ਼ਹਿਰ ਦੇ ਵਿੱਚ ਵੱਡਾ ਕਹਿੰਦੇ ਪ੍ਰਮੋਟਰ ਵੀ ਸਾਡਾ ਬਹੁਤ ਵੱਡਾ ਹੈ ਧੰਨਵਾਦ ਕਰਦਾ ਲਓ ਸਾਹਮਣੇ ਕਹਿੰਦੇ ਕਮਾਲ ਹੋਈ ਪਈ ਹੈ ਦੁਨੀਆ ਦਿਆਲ ਹੈ ਮੈਚ ਦੇ ਉੱਤੇ ਵੀ ਸ਼ੁਰੂ ਕਰੇ ਆ ਰਹੀ ਹੈ ਵੀ ਆਪਾਂ ਹਲੇ ਉਧਰ ਕਹਿੰਦੇ ਦਲਵੀਰ ਕਨੇਡਾ ਸਾਡਾ ਵੀਰ ਕਨੇਡਾ ਦੀ ਧਰਤੀ ਤੇ ਬੈਠਾ ਕਹਿੰਦੇ ਵੱਡੇ ਮਾਨ ਕਰਦਾ ਵਾਲੀਬਾਲ ਤੇ ਵੱਡਾ ਪ੍ਰਮੋਟਰ ਹੈ ਸਾਡਾ ਵੀਰ ਵਿਸ਼ੇਸ਼ ਤੌਰ ਤੇ ਲਾਈਵ ਜੁੜ ਗਿਆ ਬਹੁਤ ਵੱਡੇ ਧੰਨਵਾਦੀਆਂ ਲਗੀ ਕਰੀਏ ਮੈਚ ਦੀ ਜਿਹੜੀ ਸ਼ੁਰੂਆਤ ਦੁਨੀਆ ਧੱਗੋ ਧੱਗੀ ਜੁੜੀ ਖੜੀ ਹੈ ਬਹੁਤ ਤਕੜਾ ਮੈਚ ਜਿਹੜਾ ਖੇਡਿਆ ਜਾਣਾ ਬਹੁਤ ਤਕੜੇ ਮੈਚ ਦੀ ਸ਼ੁਰੂਆਤ ਜਿਹੜੀ ਹੋਣ ਜਾ ਰਹੀ ਹੈ ਖੇਡ ਦੇ ਮੈਦਾਨ ਦੇ ਅੰਦਰ ਆਪਾਂ ਕਹਿ ਸਕਦੇ ਹਾਂ ਵਨ ਆਫ ਦਾ ਬੈਸਟ ਮੁਕਾਬਲਾ ਜਿਹੜਾ ਖੇਡਿਆ ਜਾਣਾ ਦੂਜੇ ਸੈਮੀ ਦੀ ਸ਼ੁਰੂਆਤ ਆਓ ਜਿਹੜੀ ਹੋਣ ਜਾ ਰਹੀ ਹੈ ਮੇਰੇ ਵੀਰੇ ਲੈ ਵੀ ਵਿਸ਼ਲ ਦੇ ਦਿਓ ਬਈ ਬਣ ਕੇ ਯਾਰ ਦੋ ਨੰਬਰ ਗਰਾਊਂਡ ਦੇ ਅੰਦਰ ਕਿਸੇ ਵੀ ਖਿਡਾਰੀ ਵੀਰ ਕੋਲੇ ਜੇ ਹੈ ਤਾਂ ਵਿਸ਼ਲ ਪਹੁੰਚ ਦੀ ਕਰਦੀ ਹੈ ਵੀ ਕਰੇ ਮੇਰਾ ਵੀਰ ਦੱਸਣ ਪਾਉਂਦੀ ਹੈ ਜਿਹੜੇ ਵੀਰ ਕੋਲੇ ਦੱਸਣਾ ਜੀ ਕਿਉਂਕਿ ਮੈਚ ਚਲਾ ਦੀ ਆਪਾਂ ਬੜਾ ਵਧੀਆ ਮੈਚ ਜਿਹੜਾ ਆਓ ਮੇਰੇ ਮਿੱਤਰ ਖੇਡ ਦੇ ਮੈਦਾਨ ਦੇ ਵਿੱਚ ਖੇਡਿਆ ਜਾਵੇਗਾ ਬਹੁਤ ਬਹੁਤ ਧੰਨਵਾਦ ਹੈ ਵੀਰ ਸਾਹਿਬਾਂ ਦਾ ਆਓ ਗੱਲਾਂ ਕਹਿੰਦੇ ਲਾਗੀਆਂ ਟਕਾਰੇ ਬਈ ਹਰੀਆ ਹਾਏ ਮੇਰਾ ਰੱਬਾ ਕੱਪਾ ਕਾਲਾ ਪਾਇਆ ਦੇ ਪਿਆ ਹੀ ਪਾਦਾ
ਚੋਟੀ ਦੇ ਕਹਿੰਦੇ ਚੋਟੀ ਆ ਤੇ ਕਮਾਲ ਕਰਗਲ ਹੈ ਜੀ। ਹਾਂਜੀ ਓਕੇ ਓਕੇ ਮੁਦਸ਼ਰ ਰਾਣਾ ਜੀ, ਕੋਈ ਗੱਲ ਨੀ, ਸੁੱਖੇ ਭੁਲੇਖਾ ਲੱਗ ਜਾਂਦਾ ਸੁਣ ਵੀਰ, ਪਰ ਮੈਚ ਸ਼ੁਰੂ ਕਰ ਲੋ, ਬਹੁਤ ਵਧੀਆ ਮੈਚ ਖੇਡਿਆ ਜਾਵੇਗਾ। ਕਰੀਏ ਜੀ ਮੈਚ ਦੀ ਸ਼ੁਰੂਆਤ, ਵਾਹਿਗੁਰੂ ਜੀ ਜਗਾ ਤੇ, ਛੇਤੀ ਗੱਲ ਕੁਝ ਹੋਰ ਬਣ ਗਈ ਸੀ, ਪਰ ਕਰ ਲੋ ਮੈਚ ਸ਼ੁਰੂ ਕਰਾ ਦੇ, ਲਓ ਸਾਹਮਣੇ ਮੈਚ ਇੱਧਰ ਵੀ ਸ਼ੁਰੂ ਹੋ ਗਿਆ। ਆਓ ਮੇਰੇ ਮਿੱਤਰੋ, ਹੁਣ ਜਿਤਰਾ ਕਿਹਨੇ ਆ ਵੀ ਇਹ ਸ਼ੱਕ ਤੇ ਰਹਿਣੀ ਆ, ਬਰਸਿਕਰੀ ਦਾ ਮੇਲਾ ਲੁਕੋ, ਆਓ ਧੱਕ ਤੇ ਪੈਣੀ ਹੈ। ਵਾਕਈ ਕਹਿੰਦੇ ਜੀ ਧੱਕ ਪੈ ਰਹੀ ਹੈ ਖੇਡ ਦੇ ਮੈਦਾਨ ਦੇ ਅੰਦਰ, ਜ਼ੇਮੀ ਦੀ ਸ਼ੁਰੂਆਤ ਆਓ ਜਿਹੜੀ ਹੋ ਚੁੱਕੀ ਹੈ, ਮੁੰਡੇ ਪਿੰਡ ਵਾਲੇ ਖੇਡ ਰਹੇ ਹੈ, ਵਾਕਈ ਬੱਲੇ ਬੱਲੇ ਕਰਾ ਦਿੱਤੀ ਹੈ। ਦੂਜੇ ਪਾਸੇ ਕਹਿੰਦੇ ਅੰਗਰੇਜ਼ ਵਰਗੇ ਭਰਾ ਖੇਡ ਰਹੇ ਆ, ਲੈ ਵੀ ਵੱਡਾ ਸੈੱਟ ਜਿਹੜਾ ਬਣਿਆ ਹੋਇਆ ਹੈ। ਉਧਰਲੇ ਪਾਸੇ ਵਾਹ ਸੋਹਣਿਆ ਨੌਜਵਾਨਾਂ ਆਪਣੀ ਟੀਮ ਦੇ ਲਈ ਪਹਿਲਾ ਪੁਆਇੰਟ ਦੇ ਮੈਨੂੰ ਲੱਗਦਾ ਵੀ ਵਾਅਦੇ ਕਰ ਦਿੱਤੇ ਹੈ ਵੀ ਜਿਹੜਾ ਪਹਿਲਾ ਪਹਿਲਾ ਕਰਦੇ ਵਾਰ ਦੀ ਉਹ ਜੇਤੂ ਮੇਲੇ ਦਾ ਵੀ ਜਿਹੜਾ ਤੂੰ ਨਿਸ਼ਾਨੇ ਖੁਦ ਦੇ ਕਾਰਾ ਹਥਿਆਰ ਵੀ ਇਹਦੀ ਜਿੱਤ ਦੀ ਗਿਣੀ ਦੋਸਤੋ, ਜਿਹੜਾ ਪਹਿਲੇ ਕਰਦੇ ਵਾਰ ਉਹਦੀ ਜਿੱਤ ਦੀ ਗਿਣੀ ਦੋਸਤੋ, ਜਿਹੜਾ ਪਹਿਲੇ ਕਰਦੇ ਵਾਰ ਹੈ ਪੱਲੇ 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 ਵਾਹ ਸੋਹਣਿਆ ਕਹਿੰਦੇ ਕਮਾਲ ਗਈ ਤੁਰਿਆ ਦੇ ਮੁੰਡੇ ਵੀ ਦਾਦੇ ਪੜਦਾਦਿਆਂ ਨੇ ਬਲਦਾਂ ਦਾ ਜੋੜੀਆਂ ਸੀ ਜਿਹੜਾ ਬੰਦਾ ਕਦੇ ਸੰਗਰੂਰ ਨਹੀਂ ਗਿਆ ਵੀ ਸੈਕਲਾਂ ਸਕੂਟਰਾਂ ਦੇ ਹਲ ਲੱਗੇ ਦੇ ਸਟੈਂਡ ਬਣੇ, ਬੰਦਿਆਂ ਦਾ ਕੋਈ ਵੀ ਸਟੈਂਡ ਨਹੀਂ ਰਿਹਾ। ਹਾਏ ਸਾਹਮਣੇ ਫਿਰ ਅਗਲਾ ਨੰਬਰ ਆ ਜੋੜਨ ਲਈ ਕਹਿੰਦੇ ਕਿਹੜਾ ਖਿਡਾਰੀ ਹੈ ਮੇਰੇ ਮਿੱਤਰੋ, ਤਿਆਰ ਤਿਆਰ ਹੈ ਹਰ ਗੱਲਾਂ ਗੱਲਾਂ ਹੋਣਗੀਆਂ। ਮੁੰਡੇ ਕਹਿੰਦੇ ਫਿੱਟ ਨੇ, ਬਰਸੀਕਰੀ ਵਾਲੇ ਵੀ ਉਧਰ ਮਰਦੋੜੀ ਦੀ ਟੀਮ ਨੇ ਕਹਿੰਦੇ ਕਬੱਡੀ ਟੀਮ ਹੈ ਜਿਹੜੀ ਹਰਾਈ ਅੱਜ ਦੇ ਮੇਲੇ ਦੇ ਤੇ ਗੱਲਾਂ ਕਹਿੰਦੇ ਟਿਕਾਣੇ ਲਾਈਆਂ ਨੇ, ਦਸ ਤਾਂ ਮੁੰਡਿਆਂ ਨੇ ਵੀ ਫਿੱਟ ਹੈ। ਪਰ ਇੱਧਰ ਯੂਪੀ ਵਾਲੇ ਮੁੰਡੇ ਕਹਿੰਦੇ ਆਨੰਦਗੜ੍ਹ ਦੀ ਟੀਮ ਨੇ ਕਹਿੰਦੇ ਹਰ ਕਹਿੰਦੇ ਮੇਰੇ ਮਿੱਤਰੋ ਦੋਸਤਾਂ ਨੂੰ ਪਾਈ ਤੁਰੇ ਆਉਂਦੇ ਆ। ਲੈ ਵੀ ਕਿੰਨੇ ਕਿੰਨੇ ਹੋਏ ਨੰਬਰ ਸੁਣ ਵੀਰ, ਦੱਸੀ ਜੀ ਇੱਧਰ ਕਿੰਨੇ ਕਿੰਨੇ ਹੋ ਗਏ ਆ? ਦੋ ਪੰਜ, ਇੱਧਰ ਵੀ ਦੱਸ ਦਈਏ ਆਪਾਂ ਕਿੰਨੇ ਹੋ ਗਏ ਦੋ ਨੰਬਰ ਦੇ ਵਿੱਚ। ਦੋ ਤੇ ਲਵ ਦੀ ਟੱਕਰ ਜਿਹੜੀ ਬੜੀ ਹੋਈ ਹੈ, ਦੋ ਰਵੀ ਦੇ ਆ, ਉਧਰਲੇ ਪਾਸੇ ਦੋ ਹੈ। ਕਹਿੰਦੇ ਅੰਗਰੇਜ਼ ਵਰਗੇ ਭਰਾਵਾਂ ਨੇ ਦੋ ਸਕੋਰ ਜਿਹੜੇ ਬਣਾ ਲਏ ਆ। ਲੈ ਵੀ ਮੁੰਡਿਆ ਤਿਆਰੀ ਜਿਹੜੀ ਹੁਣਨੀ ਪੈਣੀ ਹੈ। ਲੈ ਵੀ ਛੇਤੀ ਪਿੰਡ ਦਾ ਮੇਲਾ ਕਹਿ ਰਹੇ ਮੁੰਡਿਆਂ ਨੂੰ ਵੀ ਜ਼ੋਰ ਤੇ ਲਾਉਣਾ ਪੈਣਾ ਦੀਪਕ ਮਾਣ ਤੇ ਸਮਾਨ ਜਿਹੜੇ ਕਹਿੰਦੇ ਆ ਗਏ ਹੈ। ਉਧਰ ਮੈਨੂੰ ਲੱਗਦਾ ਵੀ ਪਹਿਲਾ ਪੁਆਇੰਟ ਜਿਹੜਾ ਮੁੰਡਿਆਂ ਨੇ ਆਓ ਜੋੜ ਦਿੱਤਾ ਆਪਣੀ ਟੀਮ ਦੇ ਲਈ। ਗੱਲਾਂ ਜਦੋਂ ਹੋਣਗੀਆਂ ਜ਼ੋਰ ਮੇਰੇ ਮਿੱਤਰੋ, ਤਾਕਨਾ ਕਹਿੰਦੇ ਡਰ ਖੇਡਿਆ ਜਾਣਾ ਹੈ। ਸਰਵਿਸ ਕਹਿੰਦੇ ਫੇਰ ਕਰ ਦਿੱਤੀ ਹੈ ਪ੍ਰਵੀਨ ਨੇ, ਆਹ ਗੱਲਾਂ ਬਾਤਾਂ ਕਹਿੰਦੇ ਵੱਡੀਆਂ ਨੇ, ਆਹ ਬੱਲੇ ਬੱਲੇ ਕਹਿੰਦੇ ਹੋਈ ਪਈ ਆ ਖੇਡ ਦੇ ਮੈਦਾਨ ਦੇ ਵਿੱਚ, ਚਰਚੇ ਕਹਿੰਦੇ ਹੋਣਗੇ ਜ਼ਰੂਰੀ ਹੈ। ਹੋਣਗੀਆਂ ਮੈਚ ਦੇ ਤਗੜੇ ਨੇ ਇਹ ਬੱਲੇ ਕਹਿੰਦੇ ਮਹਿਲ ਖੁਰਦਲਾ ਨਵਾਬ ਇਹ ਕੱਟ ਕੱਟ ਕੇ ਫੇਰ ਨੇ ਪੈਰ ਵਾਲੀਆਂ ਸਾਰੀਆਂ ਕੱਟ ਕੱਟ ਕੇ ਪੈਰ ਵਾਲੀਆਂ ਵੀ ਮਹਿਲ ਖੁਰਦਲੇ ਦੇ ਤੇ ਭਰਥੂ ਪਾਇਆ ਇਹ ਬਾਈ ਕਹਿੰਦੇ ਅਕਬਰ ਦਾ ਪੁੱਤਰ ਆਏ ਮੇਰੇ ਹਰ ਬਾਜ ਦੇ
ਮੁੰਡਾ ਨਾਲ ਖੁਰਦਾਲਾ ਕਹਿੰਦੇ ਸਾਡੇ ਯਾਰ ਦੇ ਪਿੰਡ ਦਾ ਕਹਿੰਦੇ ਜੱਸਾ ਟੇਨਰ ਵੱਡੀ ਕਹਿੰਦੇ ਟਰਾਂਸਪੋਰਟਾ ਕੈਨੇਡਾ ਦੇ ਵਿੱਚ ਆ ਤੇ ਮੇਰੇ ਮਿੱਤਰੋ ਜੱਸੇ ਨੇ ਤੇ ਮੋਟਰਸਾਈਕਲ ਵੀ ਦਿੱਤਾ ਮਿਲਾਪ ਦੇ ਹਰ ਕਹਿੰਦੇ ਮਿਲਾਪ ਦੀ ਖੇਡ ਦੇ ਮਾਣ ਕੀਤੇ ਆ ਪਰ ਮਿਲਾਪ ਦੀ ਅਟਕੇ ਮਰਦੋੜੀ ਦੀ ਟੀਮ ਨੇ ਚੇਤੀ ਦਾ ਕਹਿੰਦੇ ਪ੍ਰੈਸ਼ਰ ਕਰਨਾ ਲੈ ਵੀ ਇੱਧਰ ਕਿੰਨੇ ਕਿੰਨੇ ਮੇਰੇ ਵੀਰ ਛੇ ਪੰਜ ਤੇ ਤਿੰਨ ਲੈ ਵੀ ਕਹਿੰਦੇ ਉੱਧਰ ਗਗਨ ਸਾਡਾ ਵੀਰ ਆਓ ਕੈਨੇਡਾ ਵਾਲਾ ਵੱਡੇ ਮਾਨ ਕਰਦਾ ਗਗਨ ਬਲ ਆਓ ਕਹਿੰਦੇ ਵੱਡੇ ਮਾਨ ਕਰਦਾ ਕਹਿੰਦੇ 200 ਦੇ ਪਿਛਲੀ ਬਾਲ ਤੇ ਖੁਸ਼ ਹੋ ਕੇ ਜਿਹੜਾ ਟੱਪਾ ਪਾਇਆ ਭਰਾ ਨੇ ਆਓ ਨਵਾਬ ਦੇ ਕਹਿੰਦੇ 200 ਦੇ ਵੱਡੇ ਮਾਨ ਤੇ ਸਮਾਨ ਜਿਹੜੇ ਭੇਜ ਦਿੱਤੇ ਆ ਕਹਿੰਦੇ ਭਰਾ ਨੇ ਕਹਿੰਦੇ ਬਹੁਤ ਵੱਡੇ ਧੰਨਵਾਦ ਆ ਮੈਚ ਕਾਹਦਾ ਕਹਿੰਦੇ ਬਿਨਾਂ ਚੁੱਲ੍ਹੇ ਤੋਂ ਅੱਗ ਨਿਕਲ ਰਹੀ ਹੈ ਕਹਿੰਦੇ ਖੇਡ ਮੈਦਾਨ ਦੇ ਅੰਦਰ ਆ ਮੈਚ ਕਾਹਦਾ ਲਵਾਤਾ ਇਹ ਤਾਂ ਕਹਿੰਦੇ ਬਿਨਾਂ ਚੁੱਲ੍ਹੇ ਤੋਂ ਅੱਗ ਨਿਕਲ ਰਹੀ ਹੈ ਐਨ ਕਹਿੰਦੇ ਸਵਾਦ ਜਿਹੜਾ ਵੱਜਿਆ ਹੋਇਆ ਜੇ ਮੇਰੇ ਵੀਰੇ ਉਹ ਪਾਲੀ ਬਾਲ ਦਾ ਦੁਨੀਆ ਧਕੋ ਧੱਕੀ ਜੁੜੀ ਬੈਠੀ ਹੈ ਵੱਡੀ ਪ੍ਰਮੋਟਰ ਸਪੋਰਟ ਹੈ ਕਹਿੰਦੇ ਬਾਲੀ ਬਾਲ ਨੂੰ ਉਧਰਲੇ ਪਾਸੇ ਗਲਤੀ ਕਰ ਗਿਆ ਮੁੰਡਾ ਆਓ ਖੇਡ ਦੇ ਮੈਦਾਨ ਦੇ ਅੰਦਰ ਲੈ ਵੀ ਮੁੰਡਿਆ ਤਿਆਰੀ ਫੜ ਲੈ ਗਲਤੀਆਂ ਨਾਲ ਨੀ ਕੁਝ ਬਣਨਾ ਤਿਆਰੀ ਜਿਹੜੀ ਫੜਨੀ ਪੈਣੀ ਹੈ ਫੇਰ ਹੀ ਗੱਲ ਬਣਨੀ ਹੈ ਖੇਡ ਦੇ ਮੈਦਾਨ ਦੇ ਅੰਦਰ ਸਾਹਮਣੇ ਕਹਿੰਦੇ ਆਓ ਭਾਦਰਗੜੀਆ ਮੇਰੇ ਵੀਰੇ ਰਵੀ ਕਹਿੰਦੇ ਫੋਰਸ ਕਿੰਗ ਖੜਾ ਜੇ ਇਹ ਤਿਆਰੀ ਫੜ ਗਿਆ ਨਾ ਫਿਰ ਇੱਕ ਪਾਸਾ ਕਰ ਦੇਣਾ ਆਓ ਤਿਆਰੀ ਤੇ ਕਰਨੀ ਪੈਣੀ ਹੈ ਸੋਹਣੇ ਵੀਰੇ ਤੁਹਾਡੀ ਪਿੰਡ ਵਾਲੇ ਮੁੰਡਿਆਂ ਨੇ ਮਾਣ ਕੀਤੇ ਆ ਕਿਵੇਂ ਬਰਸ਼ਿਕਰੀ ਵਾਲੇ ਦਾ ਅੱਜ ਮੇਲਾ ਤੇ ਲਾਈ ਰਵੀ ਮਾਰ ਤਾਣ ਤੇ ਰੱਖੜੇ ਪੈਣਗੇ ਆਓ ਬੱਲੇ ਸਾਰੇ ਡਿਫੈਂਸ ਦੇ ਵਾਲੇ ਤੱਕੇ ਆ ਮੁੰਡੇ ਮਰਦਾਰੀ ਵਾਲੇ ਵੀ ਕੋਈ ਕਾਵੀ ਟੱਲੀ ਬਾਲ ਹੀ ਖੇਡੇ ਆ ਪਰ ਜਿਹੜਾ ਮੁੰਡਾ ਸਾਹਿਲ ਲੜਦੇ ਖੇਡਦਾ ਇਹ ਵੀ ਨੱਤ ਮਾਰ ਕਹਿੰਦੇ ਬਰਸ਼ਿਕਰੀ ਵਾਲਾ ਬੰਦਾ ਕਾਂਪਦਾ ਮੇਰੇ ਮਿੱਤਰੋ ਦੂਜੇ ਪਾਸੇ ਸੁੱਖਾ ਕਦੇ ਯੂਕੇ ਦੇ ਵਿੱਚ ਗੱਲਾਂ ਹੋਈਆਂ ਨੇ ਲਾਡੀ ਬਈਆ ਵਾਲਾ ਆਹ ਵਾਗੇ ਕਹਿੰਦੇ ਚਰਚੇ ਜਿਹੜੇ ਹੁੰਦੇ ਆ ਖੇਡ ਮੈਦਾਨ ਦੇ ਅੰਦਰ ਅੱਜ ਚਰਚੇ ਜਿਹੜੇ ਕਹਿੰਦੇ ਆਓ ਬਾਲੀ ਬਾਲ ਦੇ ਹੋ ਰਿਹਾ ਐਂਡ ਕਹਿੰਦੇ ਵੱਡਾ ਮੈਚ ਜਿਹੜਾ ਖੇਡਿਆ ਜਾ ਰਿਹਾ ਮੇਰੇ ਵੀਰੇ ਖੇਡਦੇ ਮੈਦਾਨ ਦੇ ਅੰਦਰ ਮੁੰਡੇ ਪਿੰਡ ਵਾਲੇ ਆਓ ਬੱਲੇ ਬੱਲੇ ਕਰਾ ਰਿਹਾ ਸੈਮੀ ਦੀਆਂ ਗੱਲਾਂ ਨੇ ਆਓ ਗੱਲਾਂ ਟਿਕਾਣੇ ਲਾਉਣੀਆਂ ਪੈਣਗੀਆਂ ਜੀ ਅੱਜ ਫਾਈਨਲ ਖੇਡਣਾ ਆਪਣੇ ਪਿੰਡ ਦੀ ਧਰਤੀ ਦੇ ਉੱਤੇ ਆਓ ਜੇ ਫਾਈਨਲ ਖੇਡਣਾ ਗੱਲਾਂ ਟਿਕਾਣੇ ਲਾਉਣੀਆਂ ਪੈਣਗੀਆਂ ਇਹ ਪੰਜਾਬ ਦੇ ਆਓ ਵੱਡੇ ਮੇਲਿਆਂ ਦੇ ਬੱਲੇ ਬੱਲੇ ਕਰਾਉਂਦੀ ਹੈ ਟੀਮ ਲਾਲੀ ਸੇਫੀ ਉੜਦੇ ਤਗੜੇ ਉਹਦੇ ਕਿਉਂਕਿ ਇਕੱਲੀ ਇਕੱਲੀ ਆਖਣ ਤੁਹਾਡੇ ਦੇ ਲੋਕਾਂ ਦੀ ਹੈ ਵੀ ਪਿੰਡ ਵਾਲੇ ਮੁੰਡੇ ਆ ਅੱਜ ਕੁਝ ਕਰਕੇ ਵਿਖਾਉਣਗੇ ਤੇ ਗੱਲ ਤੇ ਤਾਂਘੇ ਹੋ ਰਹੀ ਹੈ ਆਓ ਸਾਹਮਣੇ ਸੁੱਖਾ ਤਰਵਾ ਟਰਾਈ ਪਰ ਚਰਚੇ ਦੇ ਕੁਲ ਹੋਰ ਖਰਚੇ ਦੇ ਕੁਲ ਹੋਰ ਤੇ ਪਰਚੇ ਦੇ ਕੁਲ ਹੋਰ ਲੈ ਵੀ ਨੰਬਰ ਪੁੱਛ ਲੈ ਕਿੰਨੇ ਕਿੰਨੇ ਹੋ ਗਏ ਲੈ ਵੀ ਨੰਬਰ ਦੱਸੀਏ 0 ਤੇ 4 3 4 3 ਤੇ 4 ਬਾਲਾ ਫਰਕ ਪੈ ਜਾਣਾ 0-4 ਦਾ ਤਾਂ ਫਿਰ 3 ਤੇ 4 ਆਓ ਕਹਿੰਦੇ ਸਕੋਰ ਜਿਹੜੇ ਬਣੇ ਹੋਏ ਇੱਧਰ ਕੰਮ ਪੂਰਾ ਕੰਡੇ ਤੇ ਆਇਆ ਹੋਇਆ 3 ਤੇ 4 ਦੀ ਟੱਕਰ ਦੀ ਕੰਮ ਪੂਰਾ ਕੰਡੇ ਤੇ ਆਇਆ ਵੀ ਜੇ ਹਰੀ ਸਿੰਘ ਨਾਊਆ ਨਾ ਮਰਦਾ ਤਾਂ ਕੰਮ ਸੀ ਆਇਆ ਕੰਡੇ ਤੇ ਜੇ ਮਹਾਰਾਜਾ ਰਣਜੀਤ ਸਿੰਘ ਨਾ ਪੈਂਦਾ ਮੰਜੇ ਤੇ ਜੇ ਬੁਰੀਆਂ ਸਰਕਾਰਾਂ ਨਾ ਸਾਡੇ ਰਾਜ ਨੂੰ ਸਾਂਭਦੀਆਂ ਆਓ ਸਾਡੇ ਡੇਰੇ ਪਾਉਂਦੇ ਪੱਥੇ ਦੇ ਮੇਮਾ ਭਾਂਡੇ ਮਾਜਦੀਆਂ ਸਾਡੇ ਗੋਰੇ ਪਾਉਂਦੇ ਪੱਥੇ ਦੇ ਮੇਮਾ ਭਾਂਡੇ ਮਾਜਦੀਆਂ ਉਧਰਲੇ ਪਾਸੇ ਦੇਖਾਂਗੇ ਆਓ ਮੁੰਡੇ ਤਿਆਰੀ ਫੜੀ ਬੈਠੇ ਆ ਨਵਾਬ ਤਿਆਰੀ ਜਿਹੜੀ ਫੜਨੀ ਪੈਣੀ ਆਪਾਂ ਨੂੰ ਵੀ
ਟੱਪੇ ਭਾਵੇਂ ਕਦੋਂ ਵੱਡੇ ਮਾਨ ਆਓ ਜਿਹੜੇ ਹੋ ਜਾਣੇ ਵੱਡੇ ਪ੍ਰਮੋਟਰ ਜਿਹੜੇ ਜੁੜੇ ਬੈਠੇ ਮੇਰੇ ਵੀਰੇ ਲਾਈਵ ਤੇ ਗੱਲਾਂ ਦੇ ਕਹਿੰਦੇ ਹੋਣਗੇ ਵੱਡੇ ਮਾਣ ਸਨਮਾਨ ਕਹਿੰਦੇ ਹੋਣਗੇ ਮੇਰੇ ਮਿੱਤਰੋ ਵੀ ਕਦੇ ਉੱਤੇ ਕਦੇ ਥੱਲੇ ਤੇ ਕਦੇ ਪੂਰੀ ਬੱਲੇ ਬੱਲੇ ਤੇ ਕਦੇ ਤਾਂ ਸੰਭਾਲੇ ਸੱਪ ਜਾਂਦੇ ਨੋਟਣਾ ਤੇ ਕਦੇ ਕੱਖੋ ਹੋਰੇ ਨਾ ਕਮਾਈਆਂ ਰਹਿੰਦੀਆਂ ਤੇ ਸਦਾ ਨੀ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਤੇ ਸਦਾ ਨੀ ਚੜਾਈਆਂ ਰਹਿੰਦੀਆਂ ਆਓ ਸਦਾ ਨੀ ਉਹ ਦਿਨ ਰਹਿੰਦੇ ਮਾੜੇ ਬੰਦੇ ਤੇ ਸਦਾ ਨੀ ਉਹ ਬੰਦਿਆ ਆਓ ਚੜਾਈਆਂ ਰਹਿੰਦੀਆਂ ਵਾਗੇ ਕਹਿੰਦੇ ਉਧਰ ਬਹਾਦਰਗੜੀਆ ਵੇਰਗਾ ਮੈਨੂੰ ਲੱਗਦਾ ਕਹਿੰਦੇ ਬਹਾਦਰਗੜੀਆ ਵੇਰਗਾ ਤੇ ਗੱਲਾਂ ਹੋਣਗੀਆਂ ਹਾਏ ਚਰਚੇ ਹੁੰਦੇ ਮੁੰਡੇ ਦੇ ਖੇਡਦੇ ਮੈਦਾਨਾਂ ਦੇ ਵਿੱਚ ਹਾਏ ਦੁਨੀਆਂ ਬੜਾ ਪਿਆਰ ਕਰਦੀ ਆ ਬਹਾਦਰਗੜ ਦੇ ਕਹਿੰਦੇ ਰਵੀ ਨੂੰ ਬੜੀ ਵੱਡੀ ਫੈਨ ਫੋਲੋਇੰਗ ਅੱਜ ਕੱਲ ਹਾਏ ਕਹਿੰਦੇ ਬਹਾਦਰਗੜੀਏ ਦੀ ਵੀ ਤੇ ਗੱਲਬਾਤ ਕਹਿੰਦੇ ਵੱਡੀ ਹੁੰਦੀ ਆ ਸਾਹਮਣੇ ਉਧਰ ਕਹਿੰਦੇ ਗਗਨ ਬਲ ਕਨੇਡਾ ਇਸ ਬਲ ਤੋਂ ਖੁਸ਼ ਹੋ ਕੇ 200 ਦੇ ਵੱਡੇ ਮਾਨਸਮਾਨ ਹੈ ਰਵੀ ਦੇ ਲਈ ਆਓ ਰਵੀ ਬਹਾਦਰਗੜੀਏ ਦੇ ਲਈ 200 ਦੇ ਜਿਹੜੇ ਗਗਨ ਬਲ ਆਓ ਸਾਡਾ ਵੀਰ ਬੈਠਾ ਕੈਨੇਡਾ ਦੇ ਵਿੱਚ ਵੱਡੇ ਮਾਨ ਸਨਮਾਨ ਕਰਦਾ ਰਵੀ ਬਹਾਦਰਗੜੀਏ ਤੇ ਉਧਰ ਦੇਖਾਂਗੇ ਸਰਵਿਸ ਜਿਹੜੀ ਫੇਰ ਆਓ ਕਰਤੀ ਮੁੰਡਿਆਂ ਨੇ ਲੈ ਵੀ ਤਿਆਰੀ ਫੜਦਾ ਬਹਾਦਰਗੜੀਆ ਅੱਜ ਨਵਾਬ ਵੀ ਤੇਰਾ ਯਾਰ ਆਓ ਫਿੱਟ ਜਾਪਦਾ ਕਹਿੰਦੇ ਭਰਾਵਾਂ ਨੂੰ ਵੱਧ ਕੇ ਪਿਆਰ ਹੈ ਵੱਡੀਆਂ ਯਾਰੀਆਂ ਆਓ ਵੱਡੀਆਂ ਯਾਰੀਆਂ ਕਹਿੰਦੇ ਆਪਾਂ ਉਧਰ ਤੱਕਾਂਗੇ ਖੇਡਦੇ ਮੈਦਾਨ ਦੇ ਅੰਦਰ ਆਓ ਬਹਾਦਰਗੜੀਆ ਸਰਵਿਸ ਆਓ ਸਾਹਮਣੇ ਕਹਿੰਦੇ ਤਿਆਰ ਬਰਤਿਆਰ ਹੈ ਇਹਨ ਕਹਿੰਦੇ ਵੱਡੀਆਂ ਯਾਰੀਆਂ ਪਰ ਅੱਜ ਸੱਜਰੇ ਸਰੀਕ ਬਣੇ ਖੜੇ ਹੈ ਅੱਜ ਕਹਿੰਦੇ ਅਮਨੋ ਸਾਹਮਣੀ ਹੋਏ ਖੜੇ ਹੈ ਇੱਕ ਪਾਸੇ ਨਵਾਬ ਹੈ ਦੂਜੇ ਪਾਸੇ ਰਵੀ ਬਹਾਦਰਗੜੀਆ ਪਰ ਅਮਨੋ ਸਾਹਮਣੀ ਖੜ ਗਏ ਆ ਉਧਰ ਦੇਖਾਂਗੇ ਸਾਹਮਣੇ ਖੇਡਦੇ ਮੈਦਾਨ ਦੇ ਅੰਦਰ ਆਓ ਫੇਰ ਕਹਿੰਦੇ ਬੱਲੇ ਬੱਲੇ ਹੈ ਲੈ ਵੀ ਚੱਕ ਲੰਬਰਦਾਰਾ ਮੈਕ ਤੇ ਕਰ ਮੁੰਡਿਆਂ ਦੀ ਗੱਲਬਾਤ ਹਾਏ ਸਾਹਮਣੇ ਕਹਿੰਦੇ ਕਮਾਲ ਕਹਿੰਦੇ ਹੋਈ ਪਈ ਹੈ ਦੁਨੀਆਂ ਤਿਆਰ ਹੋਈ ਪਈ ਹੈ ਮੇਰੇ ਵੀਰੋ ਚਰਚੇ ਕਰਵਾ ਦਿੱਤੇ ਮੁੰਡਿਆਂ ਨੇ ਖੇਡਦੇ ਮੈਦਾਨ ਦੇ ਵਿੱਚ ਹਾਏ ਬੱਲੇ ਬੱਲੇ ਕਹਿੰਦੇ ਹੋ ਗਈ ਆ ਮੇਰੇ ਵੀਰੋ ਲਾਲੀ ਜ਼ੋਰ ਲੱਗਿਆ ਹੋਇਆ ਸੀਨੇ ਦੇ ਪੱਬਾਂ ਦੇ ਹੋ ਕੇ ਬਹਿ ਗਿਆ ਲਾਲੀ ਸੀਨੇ ਦੇ ਪੱਬਾਂ ਦੇ ਹੋ ਕੇ ਬਹਿ ਗਿਆ ਸੀਨੇ ਦਾ ਵੀ ਤਿਲ ਨੀ ਲੱਗ ਰਿਹਾ ਕੀ ਬਣਦਾ ਜਾਂਦਾ ਚਰਚੇ ਦੇ ਹੋਣਗੇ ਵੱਡੇ ਹਰ ਨੰਬਰ ਫਿਰ ਕੌਣ ਦੇਵੇਗਾ ਲਾਲੀ ਨੰਬਰ ਉੱਧਰ ਖੋਰ ਉੱਧਰ ਨੰਦ ਵਧੀਆ ਦੌੜ ਗਿਆ ਲਾਲੀ ਸੁਰਵੀਰ ਨਾਮ ਨੇ ਉੱਧਰ ਉੱਧਰ ਤਿੰਨ ਲਾਲੀ ਉੱਧਰ ਕਿੰਨੇ ਕਿੰਨੇ ਨੇ ਦਸੀ ਸਕੋਰ 4-4 ਹਾਏ 4-4 ਕਹਿੰਦੇ ਨੰਬਰ ਬਰਾਬਰ ਨੇ ਸ਼ਿੰਨੂ ਭਲਵਾਨ ਗਲਤੀ ਕਰ ਗਿਆ ਖੇਡਦੇ ਮੈਦਾਨ ਦੇ ਵਿੱਚ ਤੇ ਗਲਤੀਆਂ ਕਹਿੰਦੇ ਮਹਿੰਗੀਆਂ ਪੈਣਗੀਆਂ ਜ਼ਰੂਰ ਹਾਏ ਮੇਰੇ ਮਿੱਤਰ ਤੁਹਾਡੇ ਆਪਣੇ ਪਿੰਡ ਦਾ ਮੇਲਾ ਤੇ ਚਰਚੇ ਕਹਿੰਦੇ ਹੋ ਜਾਣੇ ਮੇਰੀ ਅੰਕਿਤ ਲਾ ਸਾਹਮਣੇ ਕਹਿੰਦੇ ਹਾਏ ਬੱਲੇ 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 ਹਾਏ ਬੱਲੇ ਇੱਥੇ ਰੱਖ ਉਧਰ ਦੇ ਬਈਆਈਆ ਹੱਲ ਕਰੀ ਆਉਂਦਾ ਸੀ ਦੋ ਸਾਈਡਾਂ ਵੀ ਚੇਂਜ ਕਰ ਗਏ ਉਧਰ ਦੇ ਵੱਡੀ ਲੀਡ ਦੇ ਨਾਲ ਪਰ ਇੱਧਰ ਕਹਿੰਦੇ ਤਰਵੀਨ ਹੋਣੀ ਆ ਅੱਜ ਕਹਿੰਦੇ ਰੇਂਜਰ ਸਾਈਕਲ ਵੀ ਦਿੱਤੇ ਗਏ ਮੁੰਡਿਆਂ ਨੂੰ ਤੇ ਕਹਿੰਦੇ ਪੈਸੇ ਵੀ ਬੜੇ ਲੱਗੇ ਨੇ ਤੇ ਨੰਬਰ ਹੁਣ ਕੌਣ ਦੇ ਦੂ ਅਗਲਾ
ਇਹਦੇ ਸਮਾਂ ਦੱਸੂਗਾ। ਅੱਧ ਹੱਦ ਵਧੀਆ ਕਹਿੰਦੇ ਰਵੀ ਅੱਜ ਦੇ ਵੱਡੇ ਮੇਲੇ ਦਾ ਕਹਿੰਦੇ ਸ਼ਿਕਾਰ ਬਣਿਆ ਹੋਇਆ। ਹੱਦ ਦੀ ਟੀਮ ਲਈ ਬੱਲੇ ਬੁੱਕਲਾਂ ਚ ਬਾਲਾ ਫਸਾਈ ਤੁਰਿਆ ਆਉਂਦਾ ਔਰ ਰਵੀ ਲਈ ਹੈ ਕੋਈ ਤਾੜੀ ਤੂੜੀ ਦੇ ਮਾਰ ਲੇ। ਅੱਧ ਹੱਦ ਵਧੀਆ ਕਹਿੰਦੇ ਯਾਰ ਰਵੀ ਤੇ ਰਹੀ ਰਿਹਾ ਲਾਈ ਇੱਧਰ ਦੇ ਹੋ ਗਏ ਸਦਾ ਦੇੜ ਕਹਿੰਦੇ ਬਹਾਦਰ ਗੜੀਆਂ ਮੇਰੇ ਵੀਰੋ ਅਸੀਂ ਤੇ ਆਇਆ ਹੋਇਆ ਅੱਜ ਹੁਣ ਦੁਨੀਆਂ ਨੇ ਤਾੜੀ ਮਾਰੀ ਹੈ ਹੁਣ ਮਾੜੀ ਮੋਟੀ ਮੈਨੂੰ ਲੱਗਦਾ ਵੀ ਸਮਝ ਆਉਣ ਲੱਗੀ ਹੈ ਸਾਡੀ ਵੀ ਤਾੜੀ ਕਿਹਨੂੰ ਕਹਿੰਦੇ ਆ ਮੁੰਡੇ ਉਧਰਲੇ ਪਾਸੇ ਆਹ ਦੇਖਦੇ ਆ ਖੇਡਦੇ ਮੈਦਾਨ ਦੇ ਅੰਦਰ ਬੱਲੇ ਬੱਲੇ ਕਿਹੜਾ ਚੋਬਰ ਕਰਾਉਂਦਾ ਆਹ ਕਿਹੜਾ ਹਉ ਚੋਬਰ ਬੱਲੇ ਬੱਲੇ ਕਰਾਉਂਦਾ ਖੇਡਦੇ ਮੈਦਾਨ ਦੇ ਅੰਦਰ ਸਾਹਮਣੇ ਤੱਕਾਂਗੇ ਹਉ ਖੇਡਦੇ ਮੈਦਾਨ ਬਹਾਦਰਗੜੀਆ ਆਓ ਬੱਲੇ ਬੱਲੇ ਕਰਾਉਂਦਾ ਮੁੰਡਾ ਆਪਣੀ ਟੀਮ ਦੇ ਲਈ ਖਡੂਰਾ ਸਾਡਾ ਵੀਰ ਯੂਐਸਏ ਵਾਲਾ ਕਹਿੰਦੇ ਵਿਸ਼ੇਸ਼ ਤੌਰ ਤੇ ਲਾਈਵ ਜੁੜ ਗਿਆ ਉਹਦੇ ਵੀ ਵੱਡੇ ਧੰਨਵਾਦੀਆਂ ਲਾਈਵ ਚਰਚੇ ਕਹਿੰਦੇ ਵੱਡੇ ਆਓ ਬੱਲੇ 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 ਸਾਹਮਣੇ ਪਹਿਲਵਾਨ ਦੇ ਚਰਚੇ ਆ ਗੱਲਾਂ ਕਹਿੰਦੇ ਹੁੰਦੀਆਂ ਨੇ ਲਓ ਸਾਹਮਣੇ ਮੇਰੇ ਵੀਰੇ ਕਮਾਲ ਕੀਤੀ ਭਈਆ ਬਹਾਦਰ ਗੜੀਏ ਹਾਏ ਹਾਏ ਬੱਲੇ ਬੱਲੇ ਅੱਜ ਤੇ ਨੂਰ ਦੇ ਵਿੱਚ ਹਾਏ ਮੇਰੇ ਅੱਜ 5-7 ਭੇੜ ਗਏ ਰਵੀ ਲੱਗੇ ਨੂਰ ਵਿੱਚ ਹੀ ਸਰਵਿਸ ਕਰਨ ਵਾਲੀ ਇੱਧਰ ਕਹਿੰਦੇ ਜੱਸੇ ਨੇ ਵੀ ਹਾਏ ਕਹਿੰਦੇ ਵਾਸੀ ਵਾਲੇ ਪੱਪਾ ਨੇ ਬਹਾਦਰ ਪਾਣੀ ਪੀਣਾ ਵੀ ਪੀ ਲੇ ਪਾਣੀ ਪੂਰੀ ਲੈ ਵੀ ਦਸ ਤੇ ਤਿੰਨ ਬੜੀ ਵੱਡੀ ਲੀਡ ਇੱਧਰ ਕਹਿੰਦੇ ਕਰਨਾ ਹੋਇਆ ਕਹਿੰਦੇ ਲਵੀ ਬਿੱਗ ਸਪਰਾਈ ਨਾਲ ਦੋ ਟਰੀ ਕਰੋ ਵੱਡਾ ਸਨਮਾਨ ਕਰਾਂਗੇ ਲਵੀ ਹਰਮਨ ਤੇਰਾ ਯਾਰ ਦਾ ਵੱਡਾ ਮੇਲਾ ਜਿਤਾਵੇਂ ਸ਼ੋਸ ਨਿਊਜ਼ੀਲੈਂਡ ਵਾਲਾ ਵੀ ਸਾਡਾ ਕਹਿੰਦਾ ਵੀ ਜੇ ਦੀਪਕ ਬਾਲ ਮਾਰ ਕੇ ਨੰਬਰ ਰੋੜੇ ਤੇ 1100 ਦੇ ਆਪਾਂ ਵੱਡੇ ਮਾਨ ਕਰਾਂਗੇ ਸ਼ੋਸ ਨਿਊਜ਼ੀਲੈਂਡ ਆ ਮੁੰਡਾ ਕਹਿੰਦੇ ਦੀਪਕ ਇੱਧਰ ਸਮਿਤ ਤੋਂ ਵੀ ਖੇਡ ਰਿਹਾ ਪਰ ਅੱਜ ਕਹਿੰਦੇ ਮੇਰੇ ਵੀਰੇ ਹਾਏ ਸ਼ਰਾ ਕਰਵਾਇਆ ਕਹਿੰਦੇ ਨਵਾਬ ਨੇ ਵੀ ਤੇ ਗੱਲਾਂ ਕਹਿੰਦੇ ਹੋਈਆਂ ਨੇ ਹਾਏ ਨੰਬਰ ਫਿਰ ਕੌਣ ਜਰੂ ਏ ਬੱਲੇ 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 ਇੱਥੇ ਰੱਖੋ ਹਾਏ ਮੇਰਾ ਰੱਬਾ ਲੈ ਵੀ ਤਾੜੀ ਤੂੜੀ ਕਿਉਂ ਨੀ ਮਾਰ ਲੇ ਰੇ ਹਾਏ ਕਹਿੰਦੇ ਕਮਾਲ ਕਰਤੀ ਹੈ ਓ ਬੱਲੇ 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 ਹਲੀ ਦੁਨੀਆਂ ਮੁਲਖੋ ਇੱਧਰ ਕਹਿੰਦੇ ਵਰਿੰਦਰ ਸਾਡਾ ਵੀਰ ਹਉ ਜਾਗਲੀ ਵਾਲਾ ਕਹਿੰਦਾ ਰਵੀ ਜੀ ਦੁੱਖ ਦੀ ਧੌਣ ਦੇ ਵਿੱਚ ਆਊ ਜਦੋਂ ਟੂਰਨਾਮੈਂਟ ਖੇਡਿਆ ਯਾਦ ਹੀ ਰਹਿਣਾ ਇਹ ਗੱਲ ਕਹਿੰਦੇ ਹਉ ਕਹਿੰਦੇ ਰਵੀ ਨੂੰ ਯਾਦ ਰਹਿਣੀ ਹੈ ਮੇਲਾ ਵੇ ਹੱਲ ਗਿਆ ਮੇਲਾ ਵੇ ਹੱਲ ਗਿਆ ਬੱਲੇ 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 ਟੂਰਨਾਮੈਂਟ ਵਰਿੰਦਰ ਬਾਈ ਆ ਵੀ ਯਾਦ ਹੀ ਰਹਿਣਾ ਦੁਨੀਆਂ ਨੂੰ ਲਾਈ ਇੱਥੋਂ ਆ ਵੀ ਵੀਡੀਓ ਕੱਟੀ ਜਾਊ ਮੈਨੂੰ ਲੱਗਦਾ ਲਾਈ ਜਾਂਦੀ ਆ ਵੀ ਵੀਡੀਓ ਕੱਟੀ ਜਾਊ ਸੋਹਣਾ ਵੀਰਾ ਉਧਰ ਕਹਿੰਦੇ ਆ ਬੱਲੇ ਬੱਲੇ ਕਰਾਈ ਆ ਕਵਰ ਪਰਦੇ ਟੂਰਨਾਮੈਂਟ ਤੇ ਥੋੜੀ ਘੜੀ ਗੱਲ ਯਾਦ ਆਈ ਹੈ ਤਾਂ ਮੁਸਕਰਾ ਦੇ ਕਿਰਾ ਰਵੀ ਇੱਕ ਵਾਰੀ ਮਾੜੀ ਮੋਟੀ ਕੋਈ ਗੱਲ ਉਹ ਯਾਦ ਆਈ ਤਾਂ ਵਰਿੰਦਰ ਜਾਂਗਲੀ ਵਾਲਾ ਸਾਡਾ ਵੀਰ ਕਹਿੰਦਾ ਵੀ ਕੇਰਾ ਮਾੜਾ ਜਿਹਾ ਮੁਸਕਰਾ ਦੇ ਮਗਰ ਦੇਖ ਕੇ ਹਲੋ ਲਾਈ ਉਧਰ ਨੰਨਾ ਸਾਡਾ ਵੀਰ ਮਟਾਇਰ ਯੂਐਸਏ ਵਾਲਾ
ਇਹ ਕਹਿੰਦਾ ਵੀ ਇਹ ਸੋਟੀ ਜਿੰਨੇ ਵੀ ਨੰਬਰ ਬਾਲ ਮਾਰ ਕੇ ਜੋੜਦਾ ਇਹ ਵੀ ਸੋਟੀ ਹਰ ਇੱਕ ਨੰਬਰ ਤੇਰਾ 500 ਦਾ ਆਉਣਾ ਸੁਣ ਵੀਰ ਹਾਏ ਬਾਈ ਨੰਦਾ ਕਹਿੰਦਾ ਵੀ ਵੱਡੇ ਮਾਣ ਕਰ ਦਿਆਂਗੇ ਹਾਏ ਬੱਲੇ ਵਾਹ ਸੋਹਣਿਆ ਕਮਾਲ ਕਹਿੰਦੇ ਕਰ ਰੁਪਈਆ ਖੇਡ ਦੇ ਮੈਦਾਨ ਦੇ ਵਿੱਚ ਮੁੰਡਿਆਂ ਨੇ ਲੈ ਵੀ ਪਾਣੀ ਵਾਲੇ ਬਾਬਾ ਜੀ ਉੱਪਰ ਵੀ ਪਾਣੀ ਪਿਆ ਦੋ ਜੀ ਮੁੰਡਿਆਂ ਨੂੰ ਪਾਣੀ ਵਾਲੇ ਬਾਬਾ ਦੀ ਬੇਨਤੀ ਬੜੀ ਉਧਰ ਕਹਿੰਦੇ ਆਓ ਬੱਲੇ ਸੋਹਣਿਆ ਯਾਰਾ ਮੁੰਡੇ ਪਿੰਡ ਵਾਲੇ ਕਵੇ ਲੱਗਾ ਕੰਮ ਪਿੰਡ ਵਾਲਿਆਂ ਨੇ ਇੱਕ ਵਾਰੀ ਤਾੜੀ ਤੂੜੀ ਮਾਰੋ ਯਾਰਾ ਮਾਰ ਦੇ ਇੱਕ ਵਾਰ ਜ਼ੋਰਦਾਰ ਲਲਕਾਰਾ ਹਾਂ ਆਓ ਜੀ ਗੱਲ ਬਣਦੇ ਆਓ ਸਾਹਮਣੇ ਕਹਿੰਦੇ ਬਹਾਦਰ ਗੱਡੀਆਂ ਤੇ ਲਾਲੀ ਸਾਈਡਾਂ ਵੀ ਚੇਂਜ ਹੋ ਗਿਆ ਮੈਨੂੰ ਲੱਗਦਾ ਸਾਈਡਾਂ ਵੀ ਦੀਪਕ ਹੁਣ ਟੱਪਾ ਪਵਾ ਦੇ ਤੇ ਆਪਾਂ ਰੁਪਈਆ 2100 ਦੇ ਵੱਡਾ ਮਾਣ ਕਰਾਂਗੇ 710 ਹੋ ਗਏ ਇੱਧਰ ਵੀ ਬੱਲਾ ਦਾ ਲਾਵੀ ਟੋਟੀ ਦੇ ਕਦੇ ਨੰਬਰ ਮੁੰਡੇ ਹੋਰ ਜੋੜ ਗਏ ਨਾ ਫਿਰ ਇਹਨਾਂ ਨੇ ਗੱਲ ਗੱਲ ਹੋਰ ਬਣਾ ਦੇਣੀ ਆ ਸੋਹਣਾ ਜਿਹੜਾ ਇੱਥੇ ਟ੍ਰੇਨ ਕਰਕੇ ਦਿੱਤਣਾ ਪੈਣਾ ਜੇਕਰ ਦਿੱਤਣਾ ਤੇ ਗੱਲਾਂ ਹੋਣਗੀਆਂ ਲਾਓ ਸਾਹਮਣੇ ਮੇਰੇ ਵੀਰੋ ਸੱਤ ਦੇ ਕਹਿੰਦੇ 10 ਦੀ ਟੱਕਰਾ ਖੇਡ ਦੇ ਮੈਦਾਨ ਦੇ ਵਿੱਚ ਖੇਡੀ ਜਾ ਰਹੀ ਹੈ ਇੱਧਰ ਵੀ ਮੈਂ ਟੋਟੀ ਦਾ ਸਾਡਾ ਮੁੰਡੇ ਬਸ ਸਿੱਕਰੀ ਵਾਲੇ ਕਹਿੰਦੇ ਚੇਂਜ ਕਰ ਗਏ ਆ ਮੁਰਗੇੜੀ ਵਾਲੇ ਆ ਤੇਰਾ ਖੋੜ ਕਿਉਂ ਨਹੀਂ ਖਾਲਦਾ ਬਾਲਾਂ ਦੇ ਲੌੜੀਆਂ ਪੈਣ ਗਈਆਂ ਗੱਲਾਂ ਦੇ ਹੋਰ ਹੀ ਹੋਣਗੀਆਂ ਹੈ ਬਾਲਾਂ ਦੇ ਲੌੜੀਆਂ ਪੈਣ ਗਈਆਂ ਲਾਡੀ ਉੱਧਰ ਕੇਂਦਰ ਵੀਰ ਸਾਡਾ ਮਹਿਲ ਖੁਰਦ ਵਾਲਾ ਕਹਿੰਦੇ ਆਸਟ੍ਰੇਲੀਆ ਤੋਂ ਲਾਈਵ ਜੁੜ ਗਿਆ ਸਾਡਾ ਵੀਰ ਕਹਿੰਦੇ ਬਹੁਤ ਵੱਡੇ ਧੰਨਵਾਦੀਆਂ ਭਰਾ ਦੇ ਮਹਿਲ ਖੁਰਦ ਵਾਲੇ ਭਰਾ ਕਹਿੰਦੇ ਉੱਧਰ ਬੱਲੇ 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 ਰਵੀ 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 ਬੇਰ ਗਿਆ ਪਾਤਰ ਗੱਡੀਆਂ ਪਾਤਰ ਗੱਡੀਆਂ ਰਾਮ ਤੇ ਲਾ ਗਿਆ ਯਾਰੀ ਪਗਾ ਗਿਆ ਪਟਾਕਾ ਕਹਿੰਦੇ ਤਗੜਾ ਪਾ ਗਿਆ ਹਰ ਗੱਲਾਂ ਕਹਿੰਦੇ ਕਰਵਾ ਤੀਆਂ ਮੁੰਡੇ ਨੇ ਵਾਕਈ ਵਾਕਈ ਗੱਲਾਂ ਕਹਿੰਦੇ ਲਾਤੀਆਂ ਟਕਾਣੇ ਨਵਾਬ ਮੈਨੂੰ ਲੱਗਦਾ ਤੇਰੇ ਹੱਥ ਸਕੂਟਰ ਦੀ ਲੈਟ ਵਰਗੇ ਘਰ ਤੇ ਲਾਲ ਕਰਤੇ ਲਾਲ ਭਵੇਂ ਚੈੱਕ ਕਰ ਲਿਓ ਲਾਲ ਕਰਤੇ ਸਕੂਟਰ ਦੀ ਲੈਟ ਵਾਂਗੂ ਪਤੰਦਰ ਅੱਗ ਕਰਦਾ ਅੱਗ ਉਧਰਲੇ ਪਾਸੇ ਗੱਲ ਫੇਰ ਬਣਦੀ ਜੇ ਭਾਜੀ ਬਰਾਬਰ ਦੀ ਮੁੜੇ ਲੈਟ ਬਰਾਬਰ ਲਾਲ ਕਰੇ ਗੱਲ ਫੇਰ ਬਣਦੀ ਹੈ ਬਹਾਦਰ ਗੱਡੀਏ ਤੇ ਇੱਕ ਦੀ ਲਾਵੇ ਗੱਲ ਟਿਕਾਣੇ ਗੱਲ ਫੇਰ ਬਣਦੀ ਹੈ ਉਧਰਲੇ ਪਾਸੇ ਭੱਲੇ ਅੰਗਰੇਜ਼ ਕਰਦਾ ਟਰਾਈ ਅੰਗਰੇਜ਼ ਵੀ ਹੱਲ ਗਿਆ ਕਹਿੰਦਾ ਹੁਣ ਕਰ ਦਿਆਂਗੇ ਹੱਲ ਕੋਈ ਨਾ ਬਈ ਜਾਂ ਫਿਰ ਹੱਲ ਕਰਾ ਲਿਆਂਗੇ ਕੰਮ ਤੇ ਬੋਲੀ ਆ ਸੋਹਣਿਆ ਜੀ ਦਾ ਪਰ ਨੰਬਰ ਹੁਣ ਕੌਣ ਦੇ ਦੂਗਾ ਖੇਡ ਦੇ ਮੈਦਾਨ ਦੇ ਵਿੱਚ ਗੱਲਾਂ ਦੇ ਕਹਿੰਦੇ ਹੋਣ ਗਈਆਂ ਆਓ ਸਮੇਂ ਦੀ ਗੱਲ ਹੈ ਚਰੇ ਆਓ ਨੰਬਰ ਜੋੜ ਲਈ ਮੁੰਡੇ ਕਹਿੰਦੇ ਫੇਰ ਤਿਆਰ ਵਰ ਤਿਆਰ ਹੈ ਪਰ ਬਰਸਿਕਰੀ ਵਾਲੇ ਨੇ ਦੱਸ ਦਿੱਤਾ ਮੇਰੇ ਵੀਰੇ ਅੱਜ ਪਰ ਕਹਿੰਦੇ ਮਰਦੇੜੀ ਵਾਲੇ ਮੁੰਡਿਆਂ ਦਾ ਪਤਾ ਕੁਛ ਨੀ ਹੈ ਇੱਥੇ ਵੀ ਹੱਲ ਗਏ ਤੇ ਗੱਲਾਂ ਲਾਉਣਗੇ ਟਿਕਾਣੇ ਆਹ ਕਹਿੰਦੇ ਨੰਦ ਗੱਡੀਆਂ ਦੱਸਿਆ ਕਰ ਗਏ ਕਮਾਲ 10 ਤੇ 8 ਇੱਧਰ 10 ਤੇ 8 ਨੰਬਰ ਦੋਵਾਂ ਦਾ ਫਰਕ ਹੈ ਆਓ 11ਵਾਂ ਜੋੜਨਾ ਪੈਣਾ ਆਓ ਬਹਾਦਰ ਗੜੀਆ ਰਵੀ ਬਹਾਦਰ ਗੜੀਆ ਰਵੀ ਕਹਿੰਦੇ ਕਮਾਲ ਕਰ ਗਿਆ
ਉਧਰ ਕਹਿੰਦੇ ਗਗਨ ਬਲ ਰਵੀ ਜੀ ਕਹਿੰਦੇ ਪਿਛਲੀ ਬਾਲ ਤੋਂ ਖੁਸ਼ ਹੋ ਕੇ 200 ਦੇ ਕਹਿੰਦੇ ਫਿਰ ਵੱਡੇ ਮਾਨ ਸਨਮਾਨ ਆ ਰਿਹਾ, ਬਹੁਤ ਵੱਡੇ ਧੰਨਵਾਦੀਆਂ ਰਵੀ ਲਈ, ਕਹਿੰਦੇ ਵੱਡੇ ਧੰਨਵਾਦੀਆਂ। ਉਧਰ ਗਗਨ ਸਾਡਾ ਵੀਰ ਕਹਿੰਦੇ ਵੱਡੇ ਮਾਨ ਸਨਮਾਨ ਭੇਜ ਰਿਹਾ, ਕਹਿੰਦੇ ਬੈਠਾ ਕੈਨੇਡਾ ਦੀ ਧਰਤੀ ਤੇ। ਗਗਨ ਬਲ ਸਾਡਾ ਵੀਰ ਰਵੀ ਦੇ ਲਈ 200 ਦੇ ਵੱਡੇ ਮਾਨ ਸਨਮਾਨ ਆ ਗਿਆ। ਰਵੀ ਬਹਾਦਰ ਗੜੀਆ ਜਿਹੜੀ ਬਾਲ ਕਹਿੰਦੇ ਉਹ ਨਵਾਬ ਤੇ ਲਾਈ ਸੀਗੀ, ਉਸ ਬਾਲ ਤੇ ਕਹਿੰਦੇ ਆਹ 200 ਦੇ ਵੱਡੇ ਮਾਨ ਸਨਮਾਨ ਆ ਗਿਆ। ਲੈ ਵੀ ਨਵਾਬ ਤਿਆਰੀ ਫੜ ਲੈ ਮੁੰਡਿਆ, ਇੱਕ ਅੱਧੀ ਆਪਣੇ ਵੀ ਲਾ ਦੇ, ਆਓ ਘਰ ਦੇ ਸਕੂਟਰ ਦੀ ਲਾਈਟ ਵਾਂਗੂ ਲਾਲ ਜਗਾ ਦੇ, ਬੱਤੀ ਲਾਲ ਟੈਲ ਵਾਂਗੂ ਘਰ ਦੇ ਬੱਲੇ ਬੱਲੇ। ਨਾਮ ਆਪਣਾ ਵੀ ਵੱਡਾ, ਬੋਲਬਾਲਾ ਆਪਣਾ ਵੀ ਵੱਡਾ, ਚਰਚੇ ਹੁੰਦੇ ਆ ਵੱਡੇ ਵੱਡੇ ਮੇਲਿਆਂ ਤੇ। ਆਓ ਨਵਾਬ ਕਹਿੰਦੇ ਮਹਿਲ ਖੁਰਦ ਵਾਲਾ ਆਓ ਕਰਾਉਂਦਾ ਚਰਚੇ, ਮੇਰੇ ਵੀਰੇ ਸਾਹਮਣੇ ਤੱਕਾਂਗੇ। ਆਓ ਖੇਡਦੇ ਮੈਦਾਨ ਦੇ ਅੰਦਰ ਆਓ ਜੋਰ ਪੂਰਾ ਲੱਗਿਆ ਚੋਪਰਾ ਦਾ, ਬੱਲੇ 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 ਕਰਾ ਰਿਹਾ ਵੀਰ, ਦੇਖਾਂਗੇ ਕਿਹੜੀ ਟੀਮ ਹਾਉ ਫਾਈਨਲ ਦੇ ਵਿੱਚ ਪੁੱਜਦੀ ਹੈ ਤੇ ਕਿਹੜੀ ਟੀਮ 5100 ਦੇ ਹੱਕਦਾਰ ਹੁੰਦੀ ਹੈ। ਇਹ ਫੈਸਲੇ ਜਿਹੜੇ ਹਾਉ ਥੋੜੇ ਸਮੇਂ ਤੋਂ ਬਾਅਦ ਹੋ ਜਾਣੇ ਆ ਮੇਰੇ ਵੀਰੇ। ਲੈ ਵੀ ਲੱਬਰਦਾਰ ਵੀਰ ਚੱਕ ਮੈਕ ਤੇ ਮੁੰਡਿਆਂ ਦੀ ਗੱਲਬਾਤ, ਹਾਉ ਸਾਹਮਣੇ ਕਹਿੰਦੇ ਕਰਵਾ ਦੇ ਸਿਰ ਆ ਗਏ ਮੁੰਡੇ, ਚਰਚੇ ਕਰਵਾ ਗਏ ਆ ਖੇਡ ਦੇ ਮੈਦਾਨ ਦੇ ਵਿੱਚ, ਕਹਿੰਦੇ ਦੁਨੀਆਂ ਲਿਜਾ ਗਏ ਆ ਹਾਉ ਬੱਲੇ ਬੱਲੇ, ਕਹਿੰਦੇ ਹੋਈ ਪਈ ਆ। ਪਰ ਇੱਧਰ ਮੁੰਡੇ ਯੂਪੀ ਵਾਲੇ ਕਿਸੇ ਗੱਲੇ ਘੱਟ ਨੀ, ਨੰਦਗੜੀਆਂ ਨੂੰ ਦੱਸੀ ਤੇਰੇ ਆਉਂਦੇ ਆ ਵੀ ਖੇਡੀ ਦਾ ਕਿਵੇਂ ਆ, ਹਰ ਮੁੰਡੇ ਕਹਿੰਦੇ ਦੱਸੀ ਤੇਰੇ ਆਉਂਦੇ ਆ, ਪਰ ਬਈ ਵਾਲੀ ਇਹਦਾ ਕਹਿੰਦੇ ਤਜਰਬਾ ਮਿਲਦਾ ਮੇਰੇ ਵੀਰੋ। ਲੈ ਵੀ ਦਸ ਹੱਥੀ ਆ, ਦਸ ਤੇ 800 ਰੁਪਏ ਚੇਨ ਆ, ਦਸਵੇਂ ਤੋਂ ਗਿਆਰਵਾਂ ਦੱਸੇ ਲੱਗਿਆ ਵੀ। ਉਧਰ ਤਜਿੰਦਰ ਆਸਟ੍ਰੇਲੀਆ ਸਾਡਾ ਵੀਰ ਕਹਿ ਰਿਹਾ ਵੀ ਨਵਾਬ ਕਿਸੇ ਦੇ ਵੀ ਬਾਲ ਲਾ ਦੇ, 500 ਦੇ ਨਾਲ ਵੱਡੇ ਮਾਨ ਤੇ ਸਮਾਨ ਜਿਹੜੇ ਆਪਾਂ ਕਰ ਦੇਣੇ ਆ। ਨਵਾਬ ਸਾਡਾ ਭਰਾ ਜੇ ਕਿਸੇ ਦੇ ਵੀ ਬਾਲ ਲਾਉਂਦਾ ਤੇ 500 ਦੇ ਨਾਲ ਵੱਡੇ ਮਾਨ ਤੇ ਸਮਾਨ ਜਿਹੜੇ ਆਪਾਂ ਕਰ ਦੇਣੇ ਆ। ਉਧਰ ਕਹਿੰਦੇ ਸਵਾਲ ਅੱਜ ਬਾਲੀਵਾਲ ਦਾ ਪੂਰਾ ਵਧਿਆ, ਗਲਤੀ ਕਰਨ ਨੂੰ ਕੋਈ ਨੀ ਤਿਆਰ, ਸਾਰਿਆਂ ਨੂੰ ਪਤਾ ਬਹੁਤ ਵੱਡਾ ਮੈਚ ਜਿਹੜਾ ਖੇਡਿਆ ਜਾ ਰਿਹਾ। ਉਧਰ ਬਹਾਦਰ ਗੜੀਆ, ਬਹਾਦਰ ਗੜੀਆ ਪੇਰ ਗਿਆ ਮੇਰੇ ਵੀਰੇ, ਬਹਾਦਰ ਗੜੀਆ ਰਵੀ ਲਈ ਹੈ ਕੋਈ ਤਾੜੀ ਤੁੜੀ, ਬਹਾਦਰ ਗੜੀਆ ਕਹਿੰਦੇ ਕਮਾਲ ਕਰ ਗੱਲਾਂ ਕਹਿੰਦੇ ਬਰਾਬਰ ਦੀਆਂ ਨੇ। ਆਓ ਬੱਲੇ 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 ਵਾਹ ਸੋਹਣਿਆ ਨੰਬਰ ਫਿਰ ਡੈਡੀ ਵਾਲੇ ਮੁੰਡੇ ਜਿੱਤੇ ਆ ਤੇ ਗਗਨ ਬਲ ਸਾਡਾ ਵੀਰ ਕਹਿ ਰਿਹਾ ਕੈਨੇਡਾ ਵਾਲਾ 2100 ਦੇ ਨਾਲ ਵੱਡੇ ਮਾਨ ਸਨਮਾਨ ਕਰ ਦਿਆਂਗੇ ਅੰਗਰੇਜ਼ ਵਰਗੇ ਭਰਾਵਾਂ ਨੇ। ਅੱਜ ਜੇ ਫਾਈਨਲ ਜਿੱਤਦੀ ਹੈ ਆਹੀ ਮੈਚ ਜਿੱਤੇ ਫਾਈਨਲ ਖੇਡਦੀ ਹੈ, ਅਸੀਂ ਕਹਿ ਸਕਦੇ ਵੀ ਆਪਾਂ ਫਾਈਨਲ ਖੇਡਦੀ ਹੈ ਤੇ 2100 ਦੇ ਨਾਲ ਵੱਡੇ ਮਾਨ ਆਓ ਸਮਾਨ ਜਿਹੜੇ ਆਪਾਂ ਕਰ ਦੇਣੇ ਆ। ਆਓ ਬਾਲਾਂ ਕਰ ਰਹੀਆਂ ਬਹਾਦਰ ਗੜੀਆਂ ਦੇ ਉੱਤੇ ਮਾਰੀ ਤੇਰੇ ਆਉਂਦਾ ਚਰਚੇ ਫਿਰਦੇ ਆ, ਆਓ ਕਿਵੇਂ ਕਮਾਲ ਕਰੀ ਤੇਰੇ ਆਉਂਦਾ ਮੇਰੇ ਵੀਰੇ, ਪਰ ਲਾ ਲਈ ਹੁਣ ਕੋਈ ਹੱਲ ਦਾ ਕਰਦੇ ਮੇਰੇ ਚਰਚੇ ਹੋ ਜਾਣਗੇ ਸੋਹਣਿਆ ਵੀਰਾ। ਆਓ ਸਾਹਮਣੇ ਕਹਿੰਦੇ ਕਮਾਲ ਹੋਈ ਪਈ ਲਾ ਵੀ ਇੱਧਰ ਅੱਠ ਗਿਆ ਹੱਸਦਾ ਕਹਿੰਦੇ ਆਓ ਰਵੀ ਬਹਾਦਰ ਗੜੀਆ ਕਹਿੰਦੇ ਬੰਬ ਮਾਰ ਰਿਹਾ ਰਸੀਆ ਦੇ ਟੈਂਕ ਬਣਿਆ ਖੜਾ ਹੈ, ਬੰਬ ਸਿੱਟਦਾ ਅੱਜਦਾ ਕਹਿੰਦੇ ਗੋਲੇ ਸਿੱਟਦਾ ਕਹਿੰਦੇ। ਮੈਂ ਵੀ ਜੇ ਤਿੰਨ ਬਾਲਾਂ ਮਾਰੇ ਦੀਪਕ ਦੇ ਸ਼੍ਰੇਸ਼ ਵੀਰ ਦੇ ਨਿਊਜ਼ੀਲੈਂਡ ਦਾ ਉਹ ਕਹਿੰਦਾ 5100 ਦੇ ਕੇ ਵੱਡੇ ਮਾਨ ਕਰਾਂਗੇ।
ਨੰਨਾ ਸਾਡਾ ਵੀਰ ਹੈ ਕਹਿੰਦੇ ਯੂਐਸ ਵਾਲਾ ਹਾਏ ਨੰਨਾ ਕਹਿੰਦੇ ਵੀਰ ਸਾਡਾ ਯੂਐਸ ਵਾਲਾ ਉਹ ਕਹਿੰਦਾ ਵੀ ਜੇ ਸਾਹਿਲ ਬਰਸਿਕਰੀਆ ਨਿਰ ਦੇ ਬਾਲ ਫੜ ਕੇ ਟੱਪਾ ਪਾ ਰਹੇ ਤੇ ਆਪਾਂ 500 ਦੇ ਗਏ ਵੱਡਾ ਮਾਣ ਕਰ ਦਿਆਂਗੇ ਅਭੀ 9-11 ਹੋ ਗਏ ਭਾਈ ਇੱਧਰ ਹੱਥ ਕਿਹੜਾ ਲਾਇਆ ਹੈ ਓਏ ਦੂਜਾ ਲਾਉਣਾ ਜੀ ਉਹ ਕੁਛ ਵੀ ਕਰ ਸਕਦਾ ਜੀ ਮੈਂ ਸਾਹਮਣੇ ਕਹਿੰਦੇ ਬੱਲੇ ਬੱਲੇ ਹੋਈ ਪਈ ਆ ਮੇਰੇ ਮਿੱਤਰ ਹਰ ਮੁੰਡਿਆਂ ਨੇ ਕਹਿੰਦੇ ਕਮਾਲ ਕਰੀ ਪਈ ਆ ਬੱਲੇ ਕਰਦੇ ਵੱਡੇ ਆ ਖੇਡ ਦੇ ਮੈਦਾਨ ਦੇ ਵਿੱਚ ਨੰਬਰ ਫਿਰ ਕੌਣ ਜਿਹੜੀ ਆਪਣੀ ਟੀਮ ਦੀ ਮੈਂ ਵੀ ਕਿੰਨੇ ਕਿੰਨੇ ਹੋ ਗਏ ਨੰਬਰ ਲਵੀ ਨਿਰੰਤਰ ਇੱਧਰ ਨੰਬਰ ਪੁੱਛ ਕੇ ਦੱਸੀ ਮੇਰਾ ਵੀਰ ਨੰਬਰ ਦੱਸੀ ਜੀ ਇੱਧਰ ਕਿੰਨੇ ਹੋ ਗਏ 5 ਤੇ 13 13 ਪੁਆਇੰਟ ਪਿੰਡ ਵਾਲੇ ਮੁੰਡਿਆਂ ਦੇ ਆ ਠੀਕ ਹੈ ਜੀ ਇੱਧਰ ਚੱਲਦੇ ਮੈਚ ਨੂੰ ਜੇ ਨਵਾਬ ਜਿਤਾਉਂਦਾ ਹੈ ਤੇ ਗਗਨ ਬੱਲ ਸਾਡਾ ਵੀਰ ਕਹਿ ਰਿਹਾ ਕੈਨੇਡਾ ਵਾਲਾ ਵੱਡੇ ਮਾਨ ਸਨਮਾਨ ਕਰ ਦਿਆਂਗੇ ਨਵਾਬ ਦੇ ਕੱਲੇ ਦੇ 11,000 ਦੇ ਨਾਲ ਗਗਨ ਬੱਲ ਹਲਵਾਰੇ ਵਾਲਾ ਵੀਰ ਹੈ ਸਾਡਾ ਗਗਨ ਬੱਲ ਹਲਵਾਰਾ ਕੈਨੇਡਾ ਕਹਿੰਦਾ ਜੀ ਜੇ ਨਵਾਬ ਚੱਲਦਾ ਹੋਇਆ ਮੈਚ ਜਿਤਾ ਦੇਵੇ ਤੇ ਆਪਾਂ 11,000 ਰੁਪਏ ਦੇ ਕੇ ਵੱਡਾ ਜਿਹੜਾ ਮਾਣ ਕਰਾਂਗੇ ਨਵਾਬ ਦਾ ਹਰ ਗੱਲਾਂ ਕਹਿੰਦੇ ਹੋਣਗੀਆਂ ਮੇਰੇ ਮਿੱਤਰ ਅੰਕਿਤ ਆ ਚੜਦੇ ਵੱਡੇ ਆ ਮੁੰਡਾ ਕਹਿੰਦੇ ਬਰਸਿਕਰੀ ਵਾਲਾ ਸਿਰਾ ਕਰਵਾ ਗਿਆ ਹਰ ਬਰਸਿਕਰੀ ਵਾਲਿਆਂ ਨੇ ਤੇ ਅੱਜ ਕਹਿੰਦੇ ਬਹਿਦਾ ਬਹਿਦਾ ਕਰਵਾ ਤੀ ਮੇਰੇ ਵੀਰੋ ਪ੍ਰਬੰਧਾਂ ਨੇ ਵੀ ਕਹਿੰਦੇ ਚੁੱਪ ਕਿੱਡੇ ਹੋਏ ਮੁੰਡਿਆਂ ਨੇ ਹਰ ਲੰਗਰ ਪਾਣੀ ਰੋਟੀ ਦਾ ਕਹਿੰਦੇ ਬੜਾ ਟਾਪ ਰੋ ਕਹਿੰਦੇ ਪ੍ਰਬੰਧ ਕੀਤਾ ਹੋਇਆ ਲਾਈ ਸਾਹਮਣੇ ਇੱਧਰ ਵੀ ਹਰ ਗੱਲਾਂ ਕਹਿੰਦੇ ਹੋਣਗੀਆਂ ਹਰ ਨੰਬਰ ਫਿਰ ਕੌਣ ਗੇੜਦਾ ਆਪਣੀ ਟੀਮ ਦੇ ਲਈ ਹਰ ਮੇਰੇ ਮਿੱਤਰ ਬੜੀਆਂ ਜਾਲ ਹੈ ਖੇਡ ਮਹਾਨ ਖੇਡ ਕਹਿੰਦੇ ਵਾਲੀਬਾਲ ਦੇ ਚਰਚੇ ਹੋਏ ਪਏ ਆ ਬੱਲੇ 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 ਸਭ ਵੀ ਤੇਰੇ ਆਉਂਦੇ ਅੰਗਰੇਜ਼ ਬਾਲ ਕੋਈ ਏਦਾਂ ਦੀ ਲੱਗੀ ਨੀ ਜਿੱਦਾਂ ਦੇ ਤੇਰੇ ਰਿਕਾਰਡ ਬੋਲਦਾ ਸੋਹਣਾ ਵੀਰਾ ਸੋਹਣਿਆ ਯਾਰਾ ਬਹੁਤ ਤਕੜਾ ਡਿਫੈਂਸ ਬਹੁਤ ਤਕੜੀ ਬਾਲ ਇਹ ਵੀ ਹੁਣ ਮੈਨੂੰ ਲੱਗਦਾ ਸਕੂਟਰ ਵਾਂਗੂ ਅੱਖ ਲਾਲ ਕਰਨ ਨੂੰ ਫਿਰਦਾ ਸਕੂਟਰ ਵਾਲੀ ਲਾਈਟ ਵਾਂਗੂ ਇਹ ਵੀ ਤਿਆਰੀ ਫਿਰ ਗਿਆ ਨਵਾਬ ਦੀ ਬਲ ਬਹੁਤ ਤਕੜੀ ਲਾਈ ਹੈ ਪਰ ਸਾਹਮਣੇ ਆਪਾਂ ਧੱਕਾਂਗੇ ਡਿਫੈਂਸ ਵੀ ਬਹੁਤ ਤਕੜਾ ਕੀਤਾ ਮੁੰਡਿਆਂ ਨੇ ਬੱਲੇ ਬੱਲੇ ਕਰਾਈ ਹੈ ਖੇਡਦੇ ਮੈਦਾਨ ਦੇ ਅੰਦਰ ਪਰ ਸਰਵਿਸ ਜਿਹੜੀ ਚੇਂਜ ਹੋ ਗਈ ਹੈ ਪਰ ਦੇਖਾਂਗੇ ਪੁਆਇੰਟ ਜੁੜਦਾ ਹੈ ਜਾਂ ਫਿਰ ਸਰਵਿਸ ਜਿਹੜੀ ਫੇਰ ਮੁੰਡੇ ਚੇਂਜ ਕਰਾ ਲੈਂਦੇ ਹੈ ਉਧਰ ਫੈਸਲੇ ਹਾਓ ਜਿਹੜੇ ਹੋਣਗੇ ਲੈ ਵੀ ਮੁੰਡਿਆ ਤਿਆਰੀ ਫੜਦਾ ਵੱਡੇ ਮਾਲ ਕਰਦਾ ਗਗਨ ਬੱਲ ਕਹਿੰਦਾ ਵੀ 11,000 ਦੇ ਨਾਲ
ਵੱਡੇ ਮਾਨ ਸਨਮਾਨ ਕਰ ਦਿਆਂਗੇ। ਜੇ ਨਵਾਬ ਅੱਜ ਮੈਚ ਜਿੱਤਦਾ ਫਾਈਨਲ ਖੇਡਦਾ ਹੈ ਤਾਂ 11,000 ਦੇ ਨਾਲ ਵੱਡੇ ਮਾਨ ਸਨਮਾਨ ਕਰ ਦਿਆਂਗੇ। ਉੱਧਰ ਗਲਤੀ ਕਰ ਗਿਆ ਮੁੰਡਾ ਥਰਡ ਮੈਨ, ਕੀਤੀਆਂ ਗਲਤੀਆਂ, ਆਓ ਬੜੀਆਂ ਭਾਰੀ ਪੈਣਗੀਆਂ ਮੈਚ ਦੇ ਵਿੱਚ। ਲੈਵੀ ਲੱਭਰਦਾਰਾ ਚੱਕ ਮੈਚ ਤੇ ਕਰ ਮੁੰਡਿਆਂ ਦੀ ਗੱਲਬਾਤ। ਮੁੰਡੇ ਦੇ ਕਹਿੰਦੇ ਐਨ ਫੇਰੇ ਫਿਰਦੇ ਆ, ਕਮਾਲ ਕਰ ਗਏ ਨੇ ਚਰਚਿਆਂ ਦੇ ਵਿੱਚ ਮੁੰਡੇ ਦੇ। ਆਓ ਮੇਰੇ ਮਿੱਤਰੋ ਗੱਲਾਂ ਬਾਤਾਂ ਕਰਵਾ ਗਏ ਮੁੰਡੇ ਸਾਹਮਣੇ। ਨੰਬਰ ਕਹਿੰਦੇ ਇੱਕ ਹੋਰ ਜਿਹੜਾ ਠੜ ਗਿਆ ਇੱਧਰ ਨੰਦਗੜ੍ਹ ਦੀ ਟੀਮ ਦੇ ਖਾਤੇ ਦੇ ਵਿੱਚ। ਲੈਵੀ ਤਾਂ 13 ਹੋ ਗਏ ਬਾਈ, ਇੱਕ ਮਿੰਟ ਬਾਈ ਇੱਕ ਗਗਨ ਬੱਲ ਸਾਡਾ ਵੀਰ ਕਹਿ ਰਿਹਾ ਜੇ ਚੱਲਦਾ ਮੈਚ ਰਵੀ ਜਿੱਤਦਾ ਨਵਾਬ ਤਾਂ 31,000 ਕਰ ਦਿਆ। ਲੈਵੀ ਨਵਾਬ ਤਿਆਰੀ ਫੜ ਗਿਆ ਨਵਾਬ ਤੇ 31,000 ਲੱਗ ਗਿਆ ਮੇਰੇ ਵੀਰੇ। ਇੱਕ ਦੀ ਗੱਲ ਰਹਿੰਦੇ ਦੇ ਨੋਟਾਂ ਨੇ ਚੱਲਦਾ ਗਗਨ ਬੱਲ ਹਲਵਾਰੇ ਵਾਲਾ ਕਿਹਦਾ ਕਨੇਡਾ ਵਾਲਾ ਵੀ 31,000 ਦੇ ਰਿਹਾ ਨੇ ਵੀ ਜੇ ਕਿਤੇ ਚੱਲਦਾ ਹੋਇਆ ਮੈਚ ਨਵਾਬ ਜਿੱਤ ਗਏ। ਲਾਵੀ ਨਵਾਬ ਤਗੜਾ ਹੋ ਜਾ ਇੱਧਰ ਦੇ ਰੰਗ ਬੰਦੀ ਆਉਂਦਾ ਮੈਨੂੰ ਲੱਗਦਾ ਵੀ ਸਵੇਰੇ ਘੱਟ ਘੱਟ ਕੇ ਵੀ ਪਾਊ ਚਲਦੇ ਹੋਣਗੇ। ਬਾਕੀ ਉੱਧਰ ਵੱਡੇ ਮਾਨ ਕਰ ਦਿੱਤੇ ਆ ਵੀ ਚੱਲਦੇ ਮੈਚ ਨੂੰ ਹਾਲ ਚ ਜਿਤਾਉਂਦਾ ਮੁੰਡਾ ਤੇ 31,000 ਦੇ ਨਾਲ ਵੱਡੇ ਮਾਨ ਸਨਮਾਨ ਕਰ ਦਿਆਂਗੇ। ਹਾਓ ਨਵਾਬ ਕਿਹੜੇ ਖੁਰਦ ਵਾਲੇ ਦੇ ਵੱਡੇ ਮਾਨ ਹੋ ਗਏ ਅੱਜ ਕਹਿੰਦੇ। ਉਧਰਲੇ ਪਾਸੇ ਦੇਖਾਂਗੇ ਚੱਲਦੇ ਹੋਏ ਮੈਚ ਵਿੱਚ ਪਟਾਕੇ ਪੈ ਰਹੇ ਆ, ਕਾਕੇ ਖਾ ਰਹੇ ਆ, ਪਿੰਡ ਵਾਲੇ ਮੁੰਡੇ ਇੱਕ ਵੱਡੀ ਲੀਡ ਤਿਆਰ ਕਰਦੇ ਆ ਪਰ ਲੀਡ ਟੁੱਟ ਵੀ ਸਕਦੀ ਹੈ ਜੇ ਜੋ ਤਿਆਰੀ ਹੋ ਗਏ ਨਾ ਲੀਡ ਟੁੱਟ ਵੀ ਸਕਦੀ ਹੈ। ਜਦੋਂ ਸਮਾਂ ਹੀ ਦੱਸੂਗਾ ਵੀ ਲੀਡ ਟੁੱਟ ਲਈ ਜਾਂ ਫਿਰ ਨਹੀਂ ਹੈ। ਹਰ ਗੱਲਾਂ ਦੇ ਹੋਣ ਗਿਆ ਵੀ ਸਮਾਂ ਬੜਾ ਬਰਬਾਦ, ਸਮੇਂ ਦੀ ਕਦਰ ਕਰੇ ਤੁਰਦਾ ਤੇ ਰਫਤਾਰ ਸਮੇਂ ਦੀ ਨਜ਼ਰ ਫੜੇ ਤੇ ਕਦੇ ਹਸਾਉਂਦਾ ਕਦੇ ਰਵਾਉਂਦਾ ਕਿ ਢਿੱਡ ਸਮੇਂ ਦਾ ਸਮਝ ਨਹੀਂ ਆਉਂਦਾ ਕਿ ਰਾਰੇ ਖੇਲੇ ਤੁਰਨਾ ਪੈਂਦਾ ਕਿ ਅੰਤ ਸਮਾਂ ਦੇ ਸਿਰ ਤੇ ਆਉਂਦਾ ਪਰ ਅੱਜ ਦੇ ਕਹਿੰਦੇ ਨਵਾਬ ਨੇ ਵੀ ਬੜੀ ਚੋਟੀ ਦੀ ਖੇਡ ਵਿਖਾਈ ਹੈ। ਲਗਭਗ ਪਿਛਲੇ ਜਿੰਨੇ ਕੁ ਵੀ ਮੇਲੇ ਹੋਏ ਤੇ ਜਿੰਨੇ ਵੀ ਟੂਰਨਾਮੈਂਟ ਦੇ ਨਵਾਬ ਖੇਡੇ ਮੇਰੇ ਵੀਰੇ ਤੇ ਬਹੁਤ ਤਗੜਾ ਪ੍ਰਦਰਸ਼ਨ ਕਰਦਾ ਆ ਰਿਹਾ ਲੈ ਵੀ ਨਵਾਬ ਆ। ਹੋਰ ਇਹ ਗੱਲਾਂ ਸੋਹਣੇ ਵੀਰਾ ਆਹ ਕਿਹੜੇ ਚਰਚੇ ਵੱਡੇ ਆ ਨਾਲ ਇੱਧਰ ਤੇ ਆਊਟ ਆ ਜੀ। ਕਿੰਨੇ ਹੋ ਗਏ ਇਹਨਾਂ ਦੇ? 16 ਕਿ 15 ਕਹਿੰਦੇ ਬਾਹਰੋਂ ਡਿਮਾਂਡ ਕਰੀ ਜਾਂਦੇ ਦਰਸ਼ਕ ਵੀ ਤੇਰੇ ਕਹਿੰਦੇ ਫੈਨ ਹੋ ਗਿਆ। ਅੰਗਰੇਜ਼ ਨਾਮ ਹੈ ਪਰ ਪਿਆਰ ਨਾਲ ਬਾਹਰੋਂ ਚੀਲ ਚੀਲ ਕਹਿੰਦੇ ਬੁਲਾਉਂਦੇ ਆ ਵੀ ਲਾ ਤੂੰ ਵੀ ਸੋਹਣਿਆ ਯਾਰਾ ਇੱਕ ਦੀ ਬਾਲ ਸਵਾਦ ਜਿਹੜਾ ਵੱਧ ਜਾਣਾ ਬਾਲੀਵਾਲ ਦਾ ਲਾ ਸੋਹਣਿਆ ਯਾਰਾ ਇੱਕ ਦੀ ਬਾਲ ਐਂ ਦੇ ਕਹਿੰਦੇ ਅੰਗਰੇਜ਼ ਅੰਗਰੇਜ਼ ਕਰਦਾ ਟਰਾਈ ਖੇਡਦੇ ਮੈਦਾਨ ਦੇ ਅੰਦਰ ਪੁਆਇੰਟ ਆਪਣੀ ਟੀਮ ਦੇ ਲਈ ਤੇ ਸਾਹਮਣੇ ਭਾਦਰਗੜੀਆ ਹੋ ਭਾਦਰਗੜੀਆ ਮੇਰੇ ਵੀਰੋ ਅੱਜ ਆਈ ਤੇ ਆਇਆ ਹੋਇਆ ਭਾਦਰਗੜੀਆ ਵੇਰ ਗਿਆ ਅੱਜ ਭਾਦਰਗੜੀਆ ਹਰਿਆਣੇ ਚ ਉਹ ਆਈ ਤੇ ਆਇਆ ਹੋਇਆ ਮੇਰੇ ਵੀਰੋ ਸਵਾਦ ਜਿਹੜਾ ਬਾਲੀਵਾਲ ਦਾ ਵੱਜਿਆ ਦੁਨੀਆ ਆਨੰਦ ਲੈ ਰਹੀ ਹੈ। ਉਧਰ ਕੀ ਬਣ ਗਿਆ ਉਧਰ ਵੀ ਦੱਸ ਦਿਓ ਵੀ ਕੀ ਤੋਂ ਕੀ ਬਣੀ ਜਾਂਦਾ ਹਲੇ ਤੇ ਹਲਕਾ ਜਿਹਾ ਰੌਲਾ ਰੱਪਾ ਹੀ ਹੋਏ ਨੀ ਬੜੇ ਫੇਰ ਦੱਸਾਂਗੇ ਵੀ ਕਿਆ ਬਣ ਗਿਆ ਚੜਦੇ ਫੱਟੇ ਆ ਇਹ ਬੱਲੇ 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 ਵਾਹ ਸੋਹਣਿਆ ਕਹਿੰਦੇ ਕਮਾਲ ਕਰਤੀ ਆ ਛੇਤੀ ਤੋੜਦੇ ਕਦੀ ਪੱਟੀ ਦੇ ਹਰ ਪਤਾ ਲੱਗੇ ਵੀ ਹਰ ਮੁੰਡੇ ਨੇ ਕਮਾਲ ਕਰਤੀ ਆ
ਹਾਏ ਵਾਕਈ ਕਹਿੰਦੇ ਤੋੜ ਇੱਕ ਦੀ ਪੱਟੀ ਤੇ ਦੁਨੀਆ ਨੂੰ ਦੱਸ ਵੀ ਕਮਾਲ ਜਿਹੜੀ ਕਰ ਦਿੱਤੀ ਹੈ ਵੀ ਮੈਡੀਕਲ ਨਸ਼ਾ ਦਹੀਂ ਭਾਲੇ ਰਾਤ ਨੂੰ ਫੀਮ ਭਾਲਦੀ ਹੈ ਮਿੱਤਰੋ ਰਿਓੜੀਆਂ ਕੁੱਕੀ ਖਾਕੇ ਬੰਦਾ ਗਾਉਂਦਾ ਰਹੇ ਘੋੜੀਆਂ ਵੀ ਲੈਗੋਟਨ ਰੀਝ ਕਹਿੰਦੇ ਕੰਮ ਤੇ ਲਵਾਉਂਦੀ ਹੈ ਵੀ ਫੈਂਸੀ ਫੁਸੀ ਬੜਾ ਮਰਦ ਪੁਰੇ ਨੂੰ ਚੱਕਦਾ ਵੀ ਸੁਲਫਾ ਤੇ ਗਾਂਜਾ ਕਹਿੰਦੇ ਆਓ ਕਹਿੰਦੇ ਤੋੜਦਾ ਸਰੀਰ ਨੂੰ ਵੀ ਟੀਕੇ ਲਾ ਕੇ ਕਿੱਥੋਂ ਕੰਮ ਕਾਰ ਹੁੰਦੇ ਆ ਇੰਟਰਨਾ ਦੇ ਕਿੰਗਰੇ ਲਵਾਉਂਦੀ ਹੈ ਸ਼ੰਕਰ ਤੇ ਬਾਦਸ਼ਾਹੀ ਨਸ਼ਾ ਭਗਦਾ ਦਾਰੂ ਪੀ ਕੇ ਅੰਤਾਂ ਦੀ ਦਲੇਰੀ ਹੁੰਦੀ ਹੈ ਦਾਰੂ ਪੀ ਕੇ ਆਓ ਅੰਤਾਂ ਦੀ ਦਲੇਰੀ ਹੁੰਦੀ ਹੈ ਮੈਂ ਵੀ ਇੱਧਰੋਂ ਕਹਿੰਦੇ ਪਾਠਾਂ ਸਰੀਸਾ ਦਾ ਹੀਰੋ ਵੀ ਲਾਈਵ ਜਿਹੜਾ ਬੈਠਾ ਹੈ ਕਦੇ ਡਿਫੈਂਸ ਤੇ ਖੇਡਿਆ ਤੇ ਕਦੇ ਬੱਲੇ ਬੱਲੇ ਗੱਲਾਂ ਦੇ ਰੱਖੀ ਦਾ ਗਰਾਊਂਡਾਂ ਦੇ ਵਿੱਚ ਅੱਜ ਕੱਲ੍ਹ ਯੂਕੇ ਦੀ ਧਰਤੀ ਤੇ ਰਹਿੰਦਾ ਵਾਹ ਸਮਿਥ ਬਾਲ ਆਊਟ ਚਲੀ ਗਈ ਹੈ ਲਵੀ ਸੇਟੀ ਇਹਨੂੰ ਨਾ ਗੁੱਟ ਗਈ ਪ੍ਰਵੀਨ ਹੈ ਚਰਨੇ ਵੱਡੇ ਅੱਜ ਰੇਡੂ ਸਾਈਕਲ ਵੀ ਮਿਲਿਆ ਚਰਨੇ ਵੱਡੇ ਹੋਣ ਗਏ ਚਲੋ ਯਾਰ ਨਵੇੜੋ ਕੀ ਕਰ ਲਿਆ ਤੇ ਗੱਲਾਂ ਦੁਹਰੀਆਂ ਨੇ ਬਹਾਦਰ ਗੜੀ ਦੇ ਨਾਲ ਵੀ ਰੇਂਜਰ ਸਾਈਕਲ ਦੀਆਂ ਕਰਕੇ ਹੋਣਗੇ ਵੱਡੇ ਜਿਹੜੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਹਾਂ ਮੁੰਡਾ ਕਹਿੰਦੇ ਸੁਮਿਤਾ ਬੱਲੇ ਰਾਜ ਸੁਣਿਆ ਅੱਜ ਦਾ ਅੱਧ ਦਾ ਹੱਕ ਦਾ ਤੂੰ ਉਧਰ ਦੱਕਾਂਗੇ ਕਹਿੰਦੇ ਬਹੁਤ ਤਕੜਾ ਮੈਚ ਜਿਹੜਾ ਖੇਡਿਆ ਜਾ ਰਿਹਾ ਕਬੱਡੀ ਸਕੋਰ ਸਾਂਝੇ ਕਰੀ ਜੀ ਦੋ ਨੰਬਰ ਗਰਾਊਂਡ ਦੇ ਦੱਸੋ ਬਈ ਇਹਦਾ ਸਕੋਰ ਰੈਫਰੀ ਬਾਈ ਸਕੋਰ ਦੱਸ ਦਿਓ ਲੰਬੜਦਾਰ 15-6 ਇੱਧਰ ਠੀਕ ਹੈ ਜੀ 15 ਲੰਬੜਦਾਰ 15 ਪੁਆਇੰਟ ਜਿਹੜੇ ਰਵੀ ਬਹਾਦਰ ਗੜੀ ਦੇ ਆਪਾਂ ਕਹਿ ਸਕਦੇ ਹਾਂ ਸਣੀ ਕਹਿੰਦਾ ਜੇ ਆਨੰਦਗੜ੍ਹ ਦੀ ਟੀਮ ਜੇਤੀ ਹੈ 1100 ਦਾ ਲੈ ਲਈ ਵੱਡੀ ਲੀਡ ਪਟਣੀ ਪੈਣੀ ਹੈ ਇੱਥੋਂ ਦੇ ਮੈਚ ਦੇ ਵਿੱਚ ਬਣਨਾ ਹੈ ਉਧਰ ਦੱਸੀ ਜੀ ਸਕੋਰ 2 ਨੰਬਰ ਦਾ ਕਰ ਦੂੰ ਕੋਈ 1 ਨੰਬਰ ਦਾ ਬਾਈ ਲੰਬੜਦਾਰ ਸਕੋਰ ਸਾਂਝੇ ਕਰੀਏ ਬਈ ਯਾਰ 1100 ਦੇ ਦਾਂਗੇ ਜੋਟੀ ਬਈ ਲਾ ਵੀ ਉੱਧਰ ਬਾਠਾਂ ਨੂੰ ਸੁਣੀ ਸਾਡਾ ਵੀਰ ਕਹਿੰਦਾ ਜੀ ਆਨੰਦ ਗੜੀ ਮੁੰਡਿਆਂ ਮੈਂ ਜਿੱਤਰ ਤੇ ਆਪਾਂ 1100 ਦੇ ਵੱਡੇ ਮਾਣ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਸਾਡਾ ਕਹਿੰਦੇ ਸਹੀ ਹੈ ਬਾਠਾਂ ਨੂੰ ਸਕੋਰ ਵੀ ਦੱਸਦੀ ਬਈ ਯਾਰ ਲਾ ਵੀ ਉੱਧਰ ਕਿੰਨੇ ਕਿੰਨੇ ਬਾਈ ਜੀ 15-9 ਲਓ ਸਾਹਮਣੇ ਇੱਧਰ ਕਹਿੰਦੇ ਮਰਹਾੜੀ ਵਾਲਾ ਗੁੱਲੀ ਫੇਰ ਪੱਟੀ ਤੋੜ ਗਿਆ
ਲਵੀ ਕਰ ਜੋਤੀ ਸਰਵਿਸ ਮੇਰਾ ਵੀਰ। ਹਾਂਜੀ ਨਵੀ ਮਗਾਲਾ ਮੇਰਾ ਵੀਰ, ਕੀ ਹਾਲ ਨੇ ਯਾਰਾ? ਨਵੀ ਮਗਾਲਾ ਜੀ ਨਵੀ ਨਵੀ ਮਗਾਲੇ ਵਾਲਾ ਵੀ ਲਾਈਵ ਜੁੜ ਗਿਆ, ਬਹੁਤ ਬੜਾ ਧੰਨਵਾਦ ਹੈ। ਲਾਈਵ ਸਾਹਮਣੇ ਵੀਰ ਸਾਡਾ ਕਦੇ ਮੈਂ ਤੋਂ ਇਹਨਾਂ ਗਰਾਊਂਡਾਂ ਦੀ ਬਾਹਰ ਪਾਉਂਦਾ, ਕਹਿੰਦੇ ਨਵੀ ਮਗਾਲੇ ਵਾਲਾ ਬਹੁਤ ਬਹੁਤ ਧੰਨਵਾਦ। ਲਾਈਵ ਸਾਹਮਣੇ ਮੇਰੇ ਵੀਰੋ ਕਹਿੰਦੇ ਕਮਾਲ ਹੋਈ ਪਈ ਆ, ਹਉ ਦੁਨੀਆਂ ਕਹਿੰਦੇ ਦਿਆਲ ਆ ਨੰਬਰ ਹੁਣ ਇੱਧਰ ਜੋਟੀ ਸੋਲਵਾ ਟੋਰੂ ਜਾ ਫਿਰ ਨਹੀਂ ਇਹਦੇ ਸਮੇਂ ਹੀ ਦੱਸੂਗਾ। ਆਹ ਪੱਲੇ ਹੁਣਦੇ ਪਈ ਵਾਲੀ ਆ ਕਹਿੰਦੇ ਉੱਡਿਆ ਫਿਰਦਾ, ਆਹ ਨੰਬਰ ਕਹਿੰਦੇ ਸੋਲਵੇ ਦੀ ਭਾਲ ਦੇ ਵਿੱਚ ਆ, ਤੇ ਉੱਧਰ ਬਰਸਿਕਰੀ ਵਾਲੇ ਮੁੰਡੇ ਵੀ ਫਾਈਨਲ ਫਾਈਨਲ ਕਰਦੇ ਕਹਿੰਦੇ ਅੱਗੇ ਵੱਲੋਂ ਵਧਦੇ ਤੁਰੇ ਆਉਂਦੇ ਆ। ਆਹ ਫਾਈਨਲ ਫਾਈਨਲ ਕਰਦੇ ਮੁੰਡੇ ਅੱਗੇ ਵੱਲੋਂ ਕਹਿੰਦੇ ਵਧਦੇ ਤੁਰੇ ਆਉਂਦੇ ਮੇਰੇ ਵੀਰੋ, ਵਾਕਈ ਯਾਨੀ ਕਹਿੰਦੇ ਫਾਈਨਲ ਫਾਈਨਲ ਕਰਦੇ ਆ ਮੁੰਡੇ, ਤਿਆਰੀ ਫੜੀ ਬੈਠੀ ਆ ਵੀ ਅੱਜ ਫਾਈਨਲ ਖੇਡਾਂਗੇ, ਯਾਨੀ ਕਹਿੰਦੇ ਪੂਰਾ ਜ਼ੋਰ ਲੱਗਿਆ ਖੇਡਦੇ ਮੈਦਾਨ ਦੇ ਅੰਦਰ। ਦੇਖਾਂਗੇ ਵੀ ਕਿਹੜੀ ਟੀਮ ਅੱਜ ਭਾਗਾਂ ਵਾਲੀ 31,000 ਦੇ ਹੱਕਦਾਰ ਹੁੰਦੀ ਹੈ, ਇਹ ਫੈਸਲੇ ਜਿਹੜੇ ਹੋ ਜਾਣੇ। ਉੱਧਰ ਨਵੀਂ ਵੀਰ ਸਾਡਾ ਮਗਾਲੇ ਵਾਲਾ ਵਿਸ਼ੇਸ਼ ਤੌਰ ਤੇ ਜੁੜ ਗਿਆ, ਪੰਜਾਬੀ ਮਾਂ ਬੋਲੀ ਦਾ ਇੱਕ ਵੱਡਾ ਬੁਲਾਰਾ ਹੋਇਆ, ਕਹਿੰਦੇ ਠੋਬਰੀ ਨੇ ਕੱਪ ਤੇ ਪੱਖੇ ਦੇ ਕੇ ਵੱਡੇ ਮਾਨ ਸਨਮਾਨ ਕਰ ਦਿੱਤੇ ਭਰਾ ਦੇ, ਕਹਿੰਦੇ ਬਹੁਤ ਓਕੇ ਓਕੇ ਕੋਈ ਚੱਕਰ ਨੀ ਸਨੀ ਵੀਰੇ। ਲਓ ਸਾਹਮਣੇ ਮੇਰੇ ਵੀਰੋ ਗੱਲਾਂ ਦੇ ਕਹਿੰਦੇ ਕਦੇ ਹੋਰ ਹੀ ਨੇ, ਪਰ ਬਹਾਦਰ ਗੜੀਆ ਦੇ ਠਾ 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 ਠਾਈ ਗੜਾਈ ਤੁਰਿਆ ਆਉਂਦਾ ਬਹਾਦਰ ਗੜੀਆ ਤੇ। ਲੈ ਵੀ ਲਾਸਟ ਆ ਗਿਆ ਨੰਬਰ, ਲਾਸਟ ਨੰਬਰ ਆ ਗਿਆ ਬਰਸਿਕਰੀ ਦੀ ਟੀਮ ਦਾ, ਸਾਡੇ ਵੱਡੇ ਉਹਦੇ ਨੰਬਰ ਜਿਹੜਾ ਆਓ ਲਾਸਟ ਬਰਸਿਕਰੀ ਵਾਲੇ ਵੱਡਿਆਂ ਦਾ ਲਾਲ ਸੇਤੀ ਕਮਾਲ ਕਰਦੀ ਹੈ, ਨੰਬਰ ਵੀ ਕਹਿੰਦੇ ਲਾਸਟ ਹੈ ਮੁੰਡਿਆਂ ਦਾ ਜਦੋਂ ਜਦ ਕਰਦੇ ਆ। ਪਰ ਇੱਧਰ ਵੀ ਤਿੰਨ ਚਾਰ ਕੁ ਨੰਬਰਾਂ ਦੀ ਖੇਡ ਜਿਹੜੀ ਬਾਕੀ ਰਹਿੰਦੀ ਹੈ। ਲਾ ਵੀ ਬਹੁਤ ਬਹੁਤ ਮੁਬਾਰਕਾਂ ਨੇ, ਉੱਧਰੋਂ ਫਾਈਨਲ ਵਿੱਚ ਚਲੇ ਗਈ ਜਿਹੜੀ ਟੀਮ ਬਰਸਿਕਰੀ ਦੀ। ਆਓ ਜੀ ਰਵੀ ਭਾਦਰਗੜੀਆ ਤੇ ਨਵਾਬ ਆਪਦੇ ਪੈਸੇ ਲੈ ਜਾਓ ਯਾਰ। ਲੈ ਵੀ ਗਗਨ ਬਾਈ ਸਾਡਾ ਹਲਵਾਰੇ ਵਾਲਾ ਵਿਸ਼ੇਸ਼ ਤੌਰ ਤੇ ਕੈਨੇਡਾ ਦੇ ਵਿੱਚ ਬੈਠਾ ਵੱਡੇ ਮਾਨ ਕਰਦਾ, ਆ ਜਾ ਬਾਈ ਰਵੀ। ਲੈ ਵੀ ਰਵੀ ਦੇ ਵੀ ਪੈਸੇ ਪੁੱਜਦੇ ਹੋ ਗਏ ਆ ਲਾਈਵ ਦੇ ਸਾਹਮਣੇ। ਰਵੀ ਜੇ ਕੁਆਰਟਰ ਦਾ ਮੇਲਾ ਯਾਦ ਇੱਕ ਵਾਰੀ ਹੱਥ ਖੜਾ ਕਰਦੇ, ਤੇ ਜਾਨਲੀ ਵਾਲਾ ਪੁੱਛੀ ਜਾਂਦਾ ਹੈ, ਉੱਧਰ ਲਾਈਵ ਤੇ ਕੈਮਰੇ ਫੋਕਸ ਕਰਕੇ ਪੁੱਛਿਆ ਬਥਿੰਦਰ ਨੇ ਬੱਠਾ ਮੇਲਾ ਹੋਇਆ, ਵੱਡੇ ਪਲੇਅਰ ਹੁੰਦੇ ਕਿਤੇ ਦਿੱਲੀ ਤੱਕ ਨੇ, ਵੱਡਾ ਮੇਲਾ ਭਰਿਆ ਕਹਿੰਦੇ ਉੱਥੇ। ਉੱਧਰ ਕੀ ਹੋ ਗਿਆ ਜੀ, ਉੱਧਰ ਵੀ ਦੱਸੋ ਸਕੋਰ। ਲਓ ਸਾਹਮਣੇ ਲਾ ਵੀ ਮੈਨੂੰ ਲੱਗਦਾ ਵੀ ਨੌ ਪੰਦਰਾਂ ਹੀ ਹਨ, ਨੌ ਤੇ ਪੰਦਰਾਂ ਹੀ ਆ ਯੂਪੀ ਦੇ ਨੌ ਨੇ ਤੇ ਪੰਦਰਾਂ ਨੰਬਰ ਮੁੰਡੇ ਦੰਦ ਗੜੀਆਂ ਨੇ। ਆਓ ਬੱਲੇ 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 ਲਾ ਵੀ ਇੱਥੇ ਲਾਇਆ ਹੀ ਲੱਗਣੀਆਂ ਨੇ, ਸਾਰੇ ਕਹਿ ਰਹੇ ਆ ਵੀ ਬੈਰੀ ਤੇ ਮਕਾਇਆ ਹੀ ਮੁੱਕਦਾ ਬੱਲੇ, ਕਹਿੰਦੇ ਬਈਆਲ ਦਾ ਚੌਟੀ ਧੁੱਕੀ ਕਹਿੰਦੇ ਕੱਦੀ ਤੁਰਿਆ ਆਉਂਦਾ
ਥੋੜੇ ਨੰਬਰਾਂ ਦੀ ਖੇਡ ਜਿਹੜੀ ਬਾਕੀ ਰਹਿੰਦੀ ਆ, ਪਰ ਮੇਰੇ ਵੀਰੋ ਗੱਲਾਂ ਦੇ ਹੋਣ ਗਿਆ। ਹੁਣ ਨੰਬਰ ਪਹਿਲਾਂ ਕੌਣ ਉੱਨੀ ਕਰਦਾ, ਜਿਹੜਾ ਉੱਨੀ ਕਰ ਗਿਆ ਪਹਿਲਾਂ ਤੇ ਖੇਡੂ ਫਾਈਨਲ ਆ ਬਰਸਿਕਰੀ ਦੀ ਟੀਮ ਦੇ ਨਾਲ। ਲਈ ਸੇਤੀ ਬਹੁਤ ਬਹੁਤ ਮਾਰ ਕੇ ਸੁਣੇ ਵੀਰਾ, ਟੀਮ ਫਾਈਨਲ ਦੇ ਵਿੱਚ ਚਲੀ ਗਈ ਆ। ਪਰਲੇ ਪਾਸੇ ਕਿਤੇ ਸਿੱਕਾ ਰੱਖ ਲਓ, ਕਹਿੰਦੇ ਵੀ ਜੁੰਟੀ ਇੱਥੇ ਬਾਲ ਲਾਉਣੀ ਤੇ ਬਾਲ ਤੇ ਇੱਥੇ ਵੀ ਲਾਉਣ ਦਾ ਦਮ ਖਮ ਕਹਿੰਦੇ ਰੱਖਦਾ ਵੀ ਪਰਲੇ ਪਾਸੇ ਭਾਵੇਂ ਇੱਕ ਸਿੱਕਾ ਰੱਖ ਦੇ ਦੂਸਰੀ ਬਸੀ ਦੀ ਅਗਲੀ ਟੀਮ ਬਸੀ ਦੁਸਕਰਨ ਦੁਸਕਰਨ ਲਈ ਗਗਨ ਬਲ ਹਲਵਾਰਾ ਸਾਡਾ ਵੀਰ 200 ਰੁਪਇਆ ਆਇਆ ਦੁਸਕਰਨ ਲਈ। ਵੱਡੇ ਮਾਣ ਆਏ ਨੇ ਕਹਿੰਦੇ ਬਹੁਤ ਤਗੜਾ ਖੇਡੀ ਤੁਰ ਜਾਂਦਾ ਜਿਹੜੀ ਖੇਡੀ ਜਾ ਰਹੀ ਹੈ। ਹਾਂਜੀ ਹਾਂਜੀ ਜਿਸ ਕਾਰਨ ਕਰ ਲੋ ਵੀਰੇ ਰਹਿ ਗਗਨ ਵੀਰੇ। ਓਕੇ ਗਗਨ ਦੱਸਿਆ ਕਹਿੰਦੇ ਚੋਟੀ ਦਾ ਡਿਫੈਂਸਰ ਰੰਗ ਗੜੀ ਆ ਕਹਿੰਦੇ ਦੱਸਿਆ ਮੇਰੇ ਵੀਰੇ ਬਾਲ ਵੀ ਮੁੰਡਿਆ ਲਾਵੀ ਮਰਦੇ ਇਹਦੀ ਟੀਮ ਨੇ ਵੀ ਥਰਡ ਪ੍ਰਾਈਜ਼ ਪ੍ਰਾਪਤ ਕਰ ਲਈ ਇੱਧਰ ਲਾਵੀ ਇੱਕ ਮਿੰਟ ਸਰਵਿਸ ਨਗਰ ਯੂਪੀ ਵਾਲੇ ਰੁਕ ਜਾਓ।